ਕਿੰਨੀ ਗਰਮੀ ਆ, ਪੱਖਾ ਵੀ ਨੀ ਚੱਲਦਾ, ਪੱਖੇ ਨੂੰ ਪਤਾ ਨੀ ਕੀ ਹੋ ਗਿਆ। ਮੈਨੂੰ ਤਾਂ ਲੱਗਦਾ ਦੌਰਾ ਦੂਰਾ ਹੀ ਨਾ ਪੈ ਜਾਓ, ਉਦੋਂ ਵਾਂਗੂ ਮੇਰੇ ਤਾਂ ਸਿਰ ਹੀ ਬਾਹਰ ਦੁਖੀ ਜਾਂਦਾ। ਹੁਣ ਕੀ ਕਰਾਂ, ਆਪ ਤਾਂ ਏਸੀ ਚ ਬੜੇ ਬੈਠੇ ਸਾਰੇ, ਮੈਂ ਤਾਂ ਹੀ ਕਰਦੀ ਹਾਂ, ਤਾਈ ਕੋਲ ਹੀ ਜਾਂਦੀ ਹਾਂ ਇਹਦੀ ਕੋਲ। ਤਾਈ ਤਾਂ ਦਵਾਈ ਪੁੱਛ ਕੇ ਆਉਣੀ ਵੀ ਕਿੱਥੋਂ ਲਿਆਈ ਸੀ, ਮੈਂ ਉਸ ਡਾਕਟਰ ਨੂੰ ਦਿਖਾ ਕੇ ਆਉਣੀ ਹੈ। ਉਹਦੇ ਵਾਂਗੂ ਵੀ ਮੈਨੂੰ ਕੰਮਣੀ ਜੀ ਚੜ ਗਈ ਸੀਗੀ, ਪਹਿਲਾਂ ਵੀ ਦੌਰਾ ਪੈ ਗਿਆ ਸੀਗਾ, ਕੰਮਾਂ ਲੱਗ ਗਈ ਸੀ, ਅੱਜ ਫਿਰ ਕੰਮਾਂ ਜਾਂ ਸਰੀਰ ਜਾ ਲਾ ਜੇ ਮੈਂ ਕੰਮੀ ਆਉਂਦਾ, ਸਿਰ ਬਾਹਰ ਦੁਖ ਜਾਂਦਾ। ਮੈਂ ਤਾਂ ਦਵਾਈ ਪੁੱਛ ਕੇ ਆਉਣੀ ਹੈ, ਚੱਲ ਹੌਲੀ ਹੌਲੀ ਜਾਂਦੀ ਹਾਂ ਜਾਂਦੇ ਹਾਂ ਤਾਈ ਕੋਲ, ਜਦੋਂ ਗੱਲ ਰਾਹ ਪਾ ਜਾਊਗੀ ਕੋਈ ਦਵਾਈ ਬੂਟੀ ਦੀ, ਦਵਾਈ ਦਵਾ ਲਿਆਊਗੀ, ਉਸ ਡਾਕਟਰ ਕੋਲ ਹੀ ਵਗ ਜਾਊਗੀ। ਨੀ ਹਰਪ੍ਰੀਤ, ਕੀ ਕਹਿੰਦੀ ਆ ਭੂਆ, ਕੀ ਚਾਹੀਦਾ, ਅੰਦਰ ਬਹਿ ਜਾ ਨਾ, ਇੱਥੇ ਗਰਮੀ ਚ ਕਾਹਤੋਂ ਬੈਠੀ ਐ। ਨੀ ਮੈਂ ਤਾਂ ਅੰਦਰ ਬਹਿ ਜਾ, ਉਹਦੇ ਸੱਸ ਕਿੱਧਰ ਭਾਗ ਗਈ ਹੁਣ? ਸੱਸ ਨੇ ਕਿੱਧਰ ਜਾਣਾ ਸੀ, ਬੈਠਕ ਚ ਪਈ ਐ ਸੱਸ। ਨਾ ਤਾਂ ਬਾਗ ਨੂੰ ਭਾਗ ਗਈ, ਤੈਂ ਦੇਖੀ ਜਾਂਦੀ। ਹਾਂ ਭੂਆ ਕਿੱਧਰ ਭਾਗ ਗਈ ਹੁਣ, ਆਏ ਮੈਨੂੰ ਕਿਹੜਾ ਦੱਸ ਕੇ ਗਈ ਆ ਵੀ ਕਿੱਥੇ ਜਾਂਦੀ ਆ ਮੈਂ। ਭੂਆ ਹੁਣ ਘਰੋਂ ਘਰੋਂ ਭਾਗ ਜੀ, ਆਪਾਂ ਨੂੰ ਔਖਾ ਹੋ ਜੇ, ਆਪਾਂ ਨੂੰ ਨਾ ਉਹ ਲੜਿਆ ਕਿਤੇ ਭਤੀਜਾ ਵੀ ਤੁਸੀਂ ਜਾਣ ਕੋ ਦਿੱਤੀ, ਹੁਣ ਆਪਾਂ ਕਿਹੜਾ ਉਹਨੂੰ ਰੋਕ ਸਕਦੇ ਸੀ ਜਾਣੋ, ਨਹੀਂ ਆਪਾਂ ਨੂੰ ਕਿਹੜਾ, ਉਹ ਸਿੱਧਾ ਬੋਲੂ ਦੋਨਾਂ ਨੂੰ। ਹਾਂ ਗਈ ਤਾਂ ਕਿਸੇ ਦੇ ਗਮਾਂਡ ਚ ਹੀ ਹੋਊਗੀ, ਹੋਰ ਤਾਂ ਨੇ ਕਿੱਥੇ ਜਾਣਾ ਹੈਗਾ। ਜਾਣਾ ਤਾਂ ਕਿੱਥੇ, ਜਾਣ ਨੂੰ ਤਾਂ ਇਹ ਗੱਲ, ਹੁਣ ਕੀ ਹੋਰ ਕੁੜੀ ਕੋਲੇ ਜਾਣਾ ਹੈਗਾ, ਬਾਬ ਜੀ ਨਾ ਮੇਰੇ 30 ਕੋਲੇ, 30 ਤੋਂ ਖਾ ਲੈ ਪਰੌਂਠੇ, ਜੇ 30 ਨੂੰ ਦਿੱਤੇ ਪੈਸੇ, ਮੈਂ ਤਾਂ ਫਿਰ ਪੈਸਿਆਂ ਨਹੀਂ ਕਰਕੇ ਉਹ ਕਰਿਆਗਾ, ਨਹੀਂ ਮੈਂ ਕਿਹੜਾ ਉਹ ਗੱਲ, ਇਹਨੂੰ ਕੋਈ ਅੱਡ ਕਰੀ ਜਾਂਦੀ ਸੀ। ਚੱਲ ਹੁਣ ਫਿਰ ਉਹਦਾ ਗਈ ਕਿਸੇ ਦੇ, ਮੈਂ ਕਹਿਣ ਵੀ ਇਹਦੀ ਭੂਆ ਨੀ ਜਾਂਦੀ ਘਰੋਂ ਕਰਲਾਲ ਦੀ, ਕਿਸੇ ਕੋਲੇ ਭੂਆ ਚੁਗਲੀਆਂ ਕਰਨ ਗਈ ਹੋਊਗੀ ਵੀ ਸਾਡਾ ਤਾਂ ਘਰ ਖਰਾਬ ਕਰਤਾ। ਲੈ ਘਰ ਕੀ ਖਰਾਬ ਕਰਤਾ, ਤੇ ਉਹ ਤਾਂ ਆਪਦੇ ਉਹੀ ਗੱਲ ਕਰ, ਤੂੰ ਉੱਤੀ ਬੈਠੀ ਬੈਠਕ ਚ ਜਾ ਕੇ, ਨੀ ਆਪਣਾ ਕਿਹੜਾ ਜੀ ਕਰਦਾ ਸੀ ਉੱਤੇ ਬਹਿਣ ਨੂੰ। ਚਲੇ ਸੀ ਇੱਥੇ ਆ ਪੱਖੇ ਕੋਲੇ ਬਹਿ ਜਾਂਦੀ ਸੀ, ਅੱਗੇ ਅੰਦਰ ਵੀ ਪੈ ਜਾਂਦੀ ਸੀ ਏਸੀ ਚ, ਮੈਂ ਤਾਂ ਰੋਕੀ ਨੀ ਸੀ ਕਿਤੋਂ। ਉਹਦੇ ਮਨ ਤੇ ਟੈਨਸ਼ਨ ਬਣ ਗਈ, ਇੱਕ ਤਾਂ ਪੈਸੇ ਕਢਾ ਲਏ ਆਪਾਂ, ਇੱਕ ਕਿਹੜਾ ਭੂਆ ਸਾਰੇ ਕਢਾ ਲਏ ਪੈਸੇ ਤਾਂ ਅੱਧੇ ਦਿੱਤੇ ਐ, ਉਹ ਅੱਧੇ ਵੀ ਅੱਧੇ ਤਾਂ ਕੁੜੀ ਲੈ ਗਈ, ਅੱਧੇ ਆਪਾਂ ਭੂਆ ਤੈਨੂੰ ਨੀ ਪਤਾ, ਇੱਥੇ ਉਹਨਾਂ ਦੀ ਮਾਮਾ ਦੀਆਂ ਦੀ ਗੱਲ ਨੀ ਹੁੰਦੀ, ਫੋਨ ਤੇ ਗੱਲ ਕਰਨ ਗਈ, ਉਹ ਇਹਨੂੰ ਪਤਾ ਇੱਧਰ ਡੇਕਾਂ ਕੋਲੇ ਖੜੀ ਹੋਈ, ਆ ਜਾ ਆਪੇ ਆ ਜੂਗੀ, ਆਪੇ ਆ ਜੂਗੀ, ਆ ਜਾ ਅੰਦਰ ਚਲੀ ਗਈ, ਤੂੰ ਵਗ ਜਾ, ਮੈਂ ਤਾਂ ਕੋਈ ਨੀ ਆ ਜੂਗੀ, ਚਲ ਚੰਗਾ ਜਾ ਅੰਦਰ ਆਰਾਮ ਕਰ ਲਾ। ਨਾ ਤੂੰ ਨੀ ਕਰਦੀ ਰਾਮਾ, ਨਾ ਕੋਈ ਨੀ, ਮੈਨੂੰ ਤਾਂ ਇੰਨਾ ਬਾਹ ਹੈ ਨੀ ਗਾ, ਆਹੋ ਤੈਨੂੰ ਐ ਮੇਰੀ ਭਰਜਾਈ ਕਿਤੇ ਉਹ ਨਾ ਕਿਧਰੇ ਵਗ ਜੇ, ਭਰਜਾਈ ਦਾ ਮੋਹ ਤਾਂ ਕਰਦੀ ਐ, ਉਹ ਹੋਰ ਤਾਂ ਵੀ ਫਿਰ ਮੋਹ ਤਾਂ ਆਉਂਦਾ ਹੀ ਐ, ਆਹੋ ਦੇਖ ਲੈ ਤੇਰੇ ਨਾਲ ਨਹੀਂ ਲੜਦੀ ਐ, ਹੋ ਚਲ ਰਾਮਾ ਨੂੰ ਤਾਂ ਬਣੇ ਹੀ ਆ, ਇਹ ਤਾਂ ਘਰ ਆਏ ਤਾਂ ਹੁੰਦੇ ਹੀ ਐ, ਦੋ ਭਾਂਡੇ ਖੜਕਦੇ ਰਹਿੰਦੇ ਐ, ਫੇਰ ਵੀ ਬਚਾ ਆਪਦੇ ਘਰ ਦੀ ਐ, ਉਹ ਨੂੰਹ ਧੀ ਐ, ਲੈ ਹੁਣ ਕੀ ਪਤਾ ਕਿੱਧਰ ਵਗ ਗਈ, ਧੁੱਪੇ ਦੁਪਹਿਰੇ ਸਿਰ ਰੜਾਉਂਦੀ ਫਿਰਦੀ ਐ, ਬੇਬੇ ਪਤਾ ਨੀ ਕਿੱਧਰ ਤੁਰੀ ਆਉਂਦੀ ਐ, ਬੇਬੇ ਇੰਨੀ ਗਰਮੀ ਚ ਤੂੰ ਕਿੱਧਰ ਜਾਨੀ ਐ? ਮੈਂ ਤੇਰੇ ਤਾਈ ਕੇ ਘਰੇ ਜਾਨੀ ਆ ਪੁੱਤ, ਤਾਈ ਘਰੇ ਕਰਨ ਜਾਨੀ ਐ? ਮੇਰਾ ਨਾ ਬਾਹਲਾ ਸਿਰ ਦੁਖ ਜਾਂਦਾ ਸੀ, ਮੈਨੂੰ ਆਇਆ ਹੋ ਗਿਆ ਵੀ ਅੱਗੇ ਵੀ ਮੈਨੂੰ ਦੌਰਾ ਪੈ ਗਿਆ ਸੀ, ਦੌਰੇ ਵਾਲਾ ਚਾਂਸ ਅੱਜ ਲੱਗੀ ਜਾਂਦਾ ਸੀ ਮੈਨੂੰ, ਉਹ ਤੇਰੀ ਦਵਾਈ ਲਿਆ, ਤਾਈ ਲਿਆਈ ਸੀ ਨਾ ਦਵਾਈ, ਅੱਛਾ ਅੱਛਾ ਹਾਂ ਉਹੀ ਦਵਾ ਕੇ ਲਈ, ਹਾਂ ਮੈਂ ਉਹਨੂੰ ਪੁੱਛ ਕੇ ਆਉਣਾ ਵੀ ਫਿਰ ਮੈਨੂੰ ਦਵਾਈ ਲਿਆ ਦੋਗੀ। ਚੱਲ ਤੇਰੀ ਮਰਜ਼ੀ, ਆਉਂਦਾ ਮੈਂ ਵਗ ਜਾਂਦਾ, ਤੂੰ ਇੰਨੀ ਗਰਮੀ ਚ ਕਿੱਥੇ ਜਾਈਂ ਬੇਬੇ? ਮੈਨੂੰ ਕੌਣ ਪੁੱਛਦਾ ਹੁਣ, ਨਾ ਤਾਂ ਹਰਪ੍ਰੀਤ ਪੁੱਛਦੀ ਐ, ਬੈਠਕ ਚ ਬਿਠਾ ਤੱਡ ਕਰਕੇ, ਨਾ ਹੁਣ ਪੱਖਾ ਚੱਲਦਾ, ਨਾ ਮੈਂ ਤੇਰੇ ਤਾਈ ਮੁੰਡੇ ਨੂੰ ਕਹਿ ਕੇ ਆਉਂਗੀ। ਨਾ ਪੱਖਾ ਖਰਾਬ ਹੋਇਆ ਪਿਆ, ਪੱਖਾ ਖਰਾਬ ਹੋਇਆ ਪਿਆ ਪੁੱਤ, ਤੁਸੀਂ ਕਿਹੜਾ ਮੇਰੀ ਬਿੜਕ ਲਾਣਾ, ਨਾ ਤੂੰ ਬੈਠਕ ਚ ਆਇਆਗਾ, ਹਰਪ੍ਰੀਤ ਨੇ ਤਾਂ ਆਉਣਾ ਹੀ ਕੀ ਆ, ਓਏ ਮੈਂ ਸਮਰਾ ਦੂੰ ਪੱਖਾ ਆਪੇ, ਤੂੰ ਉਹਨਾਂ ਨੂੰ ਕੀ ਕਹਿ ਕੇ ਆਏਗੀ? ਮੈਂ ਤਾਂ ਹੀ ਕਹਿਣ ਜਾਂਦੀ ਸੀ, ਮੈਂ ਤੇਰੇ ਤਾਈ ਦਾ ਮੁੰਡਾ ਸਮਰਾ ਦੂੰਗਾ ਪੱਖਾ, ਕੋਈ ਨਹੀਂ ਪੱਖਾ, ਜੇ ਤੂੰ ਸਮਰਾਏਗਾ ਉਹ ਲੜ ਪੂਗੀ ਤੇਰੇ ਨਾਲ, ਪੱਖਾ ਮੈਂ ਆਪੇ ਸਮਰਾ ਦੂੰਗਾ, ਜਿਹੜੀ ਗੱਲ ਤੂੰ ਦਵਾਈ ਬੁੱਟੀ ਵਾਲੀ ਐ, ਚੱਲ ਤੂੰ ਉਹ ਗੱਲ ਦਵਾਈ ਬੁੱਟੀ ਵਾਲੀ ਕਰਿਆ, ਮੇਰੀ ਤਾਈ ਤੋਂ ਪੁੱਛਿਆ, ਪੱਖਾ ਲੈ ਕੇ ਕਹੀਂ, ਪੱਖਾ ਤਾਂ ਮੈਂ ਆਪੇ ਸਮਰਾ ਦੂੰਗਾ, ਚੰਗਾ ਬੇਬੇ? ਤੇਰੇ ਤਾਈ ਦਵਾਉਗੀ ਦਵਾਈ, ਹੋਰ ਕਿਹੜਾ ਤੁਸੀਂ ਦਵਾਉਂਗੇ ਹੁਣ ਭਾਈ ਮੈਨੂੰ? ਚੱਲ ਕੋਈ ਨੀ, ਦਵਾਈ ਤਾਂ ਅਸੀਂ ਵੀ ਦਵਾਉਣ ਦੇ, ਪਰ ਉਹਨੇ ਦਵਾਈ ਸੀਗੀ, ਤੈਨੂੰ ਉਸ ਨੂੰ ਪਤਾ ਹੋਊਗਾ। ਚੱਲ ਪਰ ਉਸ ਕੋਲ ਜਾਂਦੇ ਆ, ਮੈਂ ਆਪੇ ਨਾਲ ਵਗ ਜੂਗੀ ਮੇਰੇ ਡਾਕਟਰ ਦੇ।
ਤੈਨੂੰ ਕਿਹੜਾ ਸਮਰਾਉਣ ਦੇਊਗੀ ਉਹ ਪਾਲੂਗੀ ਕਲੇਸ ਇੱਕ ਉਹ ਬੈਠੀ ਭੂਆ ਉਹਨੇ ਕਿਹੜਾ ਉਹਨੇ ਡੱਕਾ ਲਾ ਦੂਗੀ ਉਹ ਲਾ ਦੂਗੀ ਡੱਕਾ ਵੀ ਗੁਰਲਾਲ ਸਮਾਰੀ ਨਾ ਪੱਖਾ ਘਰੇ ਦੀਂਦੀ ਨੀ ਕੋਈ ਪਤਾ ਨੀ ਕਿੱਧਰ ਵਗ ਗਏ ਨਾ ਭੂਆ ਦਿੰਦੀ ਹੈ ਨਾ ਹਰਪ੍ਰੀਤ ਦਿੰਦੀ ਹੈਗੀ ਹਰਪ੍ਰੀਤ ਕਿੱਧਰ ਵਗ ਗਈ ਆ ਸੀ ਅੰਦਰ ਉਰੀ ਆ ਜਾ ਨਾ ਕੋ ਉਰੀ ਆ ਜਾ ਕੋ ਪਾਣੀ ਧਣੀ ਲਿਆ ਮੈਂ ਤਾਂ ਖੇਤੋਂ ਆਇਆ ਸੀਗਾ ਨਹੀਂ ਵਾਲਿਓ ਖੇਤ ਕੀ ਕਰਨ ਗਿਆ ਸੀ ਤਿਆਰ ਤਾਂ ਆਇਆ ਹੈ ਪਰ ਜੇ ਮੈਂ ਵਿਆਹ ਲੈਣ ਆਇਆ ਹੁੰਨਾ ਉਹ ਜਾਣਾ ਤਾਂ ਮੈਂ ਵਿਆਹ ਤੀ ਸੀਗਾ ਪਹਿਲਾਂ ਮਤਲਬ ਮੜਾ ਜਾ ਗੇੜਾ ਮਾਰਿਆ ਮਤਲਬ ਪਸ਼ੂ ਵਗ ਜਾਂਦੇ ਨੇ ਆਪਣੀ ਮੱਕੀ ਚ ਅੱਛਾ ਬਾਰ ਬਾਰ ਦੀ ਗਿਆ ਸੀ ਗੇੜਾ ਮਾਰਨ ਉਧਰ ਉਧਰ ਹੀ ਮਤਲਬ ਗੇੜਾ ਮਾਰਿਆ ਜੀ ਮੈਂ ਵੇ ਕੱਲੀੜੋ ਵਿਆਹ ਦੇ ਪਾਈ ਫਿਰ ਤੇ ਗਿਆ ਖੇਤ ਗੇੜਾ ਮਾਰਨ ਉਹ ਵਿਆਹ ਤੇ ਮੈਂ ਜਾਣੀ ਸੀ ਵਿਆਹ ਦੀ ਜਾਣਾ ਤੈਨ ਬੇਬੇ ਨਹੀਂ ਮਿਲੀ ਰਾਹ ਚ ਬੇਬੇ ਬੇਬੇ ਮੈਂ ਇੱਥੇ ਟੱਕਰੀ ਸੀ ਆਪਣੇ ਮੱਥੇ ਘਰ ਦੇ ਕਹਿੰਦੀ ਮੈਂ ਉਧਰ ਜਾ ਕੇ ਆਉਣੀ ਆ ਭਈ ਤੇਰੇ ਤਾਏ ਕਿਵੇਂ ਨਹੀਂ ਜਾ ਕੇ ਆਉਣੀ ਆ ਅਰੇ ਤੇ ਪੱਖਾ ਨਹੀਂ ਤਾਂ ਕਹਿੰਦੀ ਪੱਖਾ ਖਰਾਬ ਹੋਇਆ ਪਿਆ ਤੁਸੀਂ ਮੇਰੇ ਪੱਖਾ ਨਹੀਂ ਸਮਰਾਇਆ ਤੇਰੇ ਤਾਏ ਦੇ ਮੁੰਡੇ ਨੂੰ ਕਰਦਾ ਪੱਖਾ ਤਾਂ ਚੰਗਾ ਪਹਿਲਾਂ ਚੱਲਦਾ ਸੀ ਪਤਾ ਨਹੀਂ ਕਿਵੇਂ ਖੜਖੜ ਗਿਆ ਕਿ ਤੇਰੇ ਤਾਏ ਦੇ ਮੁੰਡੇ ਨੂੰ ਕਹਿ ਕੇ ਆਉਣੀ ਆ ਅੱਛਾ ਪੱਖਾ ਸਮਰਾ ਕੇ ਦੂ ਨਾ ਪੱਖਾ ਮੈਂ ਆਪੇ ਸਮਰਾ ਦੂੰਗਾ ਤੂੰ ਕੋਸ ਨਾ ਆਪੇ ਕੋ ਸਮਰਾਉਣ ਦੇ ਜਿਹੜਾ ਹੁਣ ਆਪਣੇ ਪੱਖੇ ਲੋਡ ਕਰਨ ਵਾਲਾ ਨਾ ਉਹਨੂੰ ਕਹਿੰਦੀ ਉਹ ਫਿਰ ਉਹੀ ਤਾਂ ਗੱਲ ਹੈ ਹੁਣ ਗਰਮੀ ਚ ਤੁਰੀ ਜਾਂਦੀ ਸੀਗੀ ਉਹਨਾਂ ਨੇ ਜਾਂਦੀ ਤਾਂ ਉਹ ਆਪਦੇ ਕੰਮ ਹੀ ਸੀਗੀ ਆਪਦੇ ਕੰਮ ਉਹਦਾ ਕੰਮ ਤਾਂ ਐ ਜਾਂਦੀ ਸੀ ਉਹ ਨਾ ਉਦੋਂ ਦੌੜਾ ਨਹੀਂ ਪੈ ਗਿਆ ਸੀ ਬੇਬੇ ਨੂੰ ਉਦੋਂ ਤਾਈ ਨੇ ਦਵਾਈ ਦਵਾਈ ਸੀ ਜਿਹੜੀ ਉਹ ਦਵਾਈ ਪੁੱਛਣ ਜਾਂਦੀ ਸੀ ਉਹ ਤਾਈ ਕੋਲੇ ਗਈ ਦਵਾਈ ਪੁੱਛਣ ਤਾਈ ਕੋਲੇ ਗਈ ਹੈ ਹੋਰ ਮੈਂ ਚਲ ਉਹਦਾ ਤੂੰ ਦਵਾਈ ਤਾਂ ਮੈਂ ਚਲ ਪੁੱਛਿਆ ਉਸੇ ਨੇ ਦਵਾਈ ਸੀ ਤੇ ਮੈਂ ਪੱਖੇ ਪੁੱਖੇ ਆਏ ਮੈਂ ਕਹੀ ਮੈਂ ਪੱਖਾ ਤਾਂ ਮੈਂ ਆਪੇ ਸਮਰਾ ਦੂੰਗਾ ਮਾਂ ਤੈਨੂੰ ਕਹਿ ਕੇ ਜੀ ਮੈਂ ਤਾਈ ਤੋਂ ਦਵਾਈ ਪੁੱਛਣ ਗਈ ਹਾਂ ਮੇਰੇ ਨਾਲ ਸਾਰੀਆਂ ਗੱਲਾਂ ਤਾਂ ਕਰਕੇ ਗਈ ਇੱਥੇ ਤਾਂ ਟੱਕਰੀ ਆ ਹੁਣ ਆਪਣੇ ਮੱਥੇ ਚਲ ਪਾਣੀ ਲਿਆ ਦੇ ਨੀ ਮੈਂ ਤੈਨੂੰ ਚੰਗਾ ਮੈਨੂੰ ਪਾਣੀ ਲਿਆ ਕੇ ਦੇ ਘੁੱਟ ਲੈ ਇਹਨੂੰ ਤਾਂ ਐ ਹੋਇਆ ਪਿਆਗਾ ਵੀ ਕਿਵੇਂ ਕੋਈ ਮੈਨੂੰ ਟੱਕਰੀ ਨਹੀਂ ਹੁੰਦੀ ਉਹ ਮੇਰੇ ਨਾਲ ਸਾਰੀਆਂ ਗੱਲਾਂ ਕਰਕੇ ਗਈ ਆ ਉਹ ਪਰ ਕਰਾ ਪੱਖੇ ਪੁੱਖੇ ਬਾਰੇ ਨਾ ਕਦੇ ਕਿਹਾ ਵੇ ਐਵੇਂ ਹੀ ਅਗਲਾ ਕਹਿੰਦਾ ਵੀ ਆਪਣੀ ਬੁੜੀ ਨੂੰ ਪੱਖਾ ਹੀ ਨਹੀਂ ਸਮਰਾ ਕੇ ਦਿੰਦੇ ਇਹ ਪਾਣੀ ਲਿਆ ਘੁੱਟ ਪਾਣੀ ਦੀ ਆ ਨਵੀਂ ਪੰਗਾ ਖੜਾ ਹੋ ਗਿਆ ਮੇਰੇ ਤਾਈ ਚਕਰੇ ਦਵਾਈ ਪੁੱਛਣ ਬਾਗੀ ਦੌਰੇ ਦੀ ਦਵਾਈ ਉਹ ਤਾਈ ਦੌਰੇ ਦੀ ਦਵਾਈ ਤਾਂ ਫੇਰ ਹੀ ਦੱਸੂ ਜੇ ਦੌਰਾ ਪਿਆ ਹੋਊ ਇਹਨੂੰ ਜਾਂ ਕੋਈ ਤਾਈ ਤੋਂ ਦਵਾਈ ਲਈ ਹੋਊ ਆਪਾਂ ਨੂੰ ਕਿਹੜਾ ਪਤਾ ਸੀ ਕਿ ਹੁਣ ਤਾਈ ਕੋਲੇ ਵਗ ਜੂਗੀ ਮੈਂ ਤਾਂ ਪਹਿਲੀ ਫੋਨ ਕਰਦਾ ਦੀ ਤਾਈ ਨੂੰ ਹੁਣ ਤਾਂ ਉਹ ਤਾਈ ਕੇ ਘਰੇ ਬੈਠੀ ਹੋਊਗੀ ਕੀ ਕਰਾਂ ਹੁਣ ਤਾਂ ਉਹ ਗੱਲ ਫਸ ਗਈਆਂ ਹੁਣ ਤਾਂ ਮੈਂ ਤੇ ਭੂਆ ਦੋਨੇ ਫਸਾਈਆਂ ਜੇ ਬੁੜੀ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਮੈਨੂੰ ਦੋ ਵਾਰੀ ਕਰੰਟ ਲਾਇਆ ਸੀ ਫਿਰ ਤਾਂ ਉਹਨੇ ਜਮੀ ਨਹੀਂ ਖੇੜਾ ਛੱਡਣਾ ਉਹ ਤਾਂ ਉਹੀ ਨਹੀਂ ਖੇੜਾ ਛੱਡਦੀ ਉਹ ਤਾਂ ਆਖੂਗੀ ਵੀ ਮੈਨੂੰ ਤਾਂ ਪੈਸਿਆਂ ਦਾ ਉਹ ਗੱਲ ਬੁਰਾ ਹਾਲ ਕਰੀ ਰੱਖਿਆ ਪੈਸਿਆਂ ਤੈਨੂੰ ਤੇ ਲਾਈ ਗਈਆਂ ਦੋਨੇ ਭੂਆ ਭਤੀਜੀ ਮੇਰੇ ਕਰੰਟ ਮੈਂ ਵਿੱਚ ਭੂਆ ਫਸੂਗੀ ਨਾਲੇ ਹੁਣ ਸਾਨੂੰ ਇਹ ਗਾਲਾਂ ਦੇਊਗਾ ਜਦੋਂ ਇਹਨੂੰ ਪਤਾ ਲੱਗ ਗਿਆ ਹਜੇ ਤਾਂ ਇਹਨੂੰ ਨਹੀਂ ਪਤਾ ਕਾਸੇ ਦਾ ਵੀ ਚੱਲ ਕੀ ਹੈ ਤਾਈ ਤੋਂ ਨਾ ਕੋਈ ਗੱਲ ਬਣੇ ਭੂਆ ਨਾਲ ਗੱਲ ਕਰਦੀਆਂ ਹੁਣ ਇਹਨੂੰ ਪਾਣੀ ਦੇ ਕੇ ਪਾਣੀ ਦਾ ਗਲਾਸ ਤਾਂ ਦੇਣਾ ਪਊ ਮੈਨੂੰ ਤਾਂ ਪਹਿਲੀ ਡਰ ਲੱਗੀ ਜਾਂਦਾ ਵੀ ਹੋਰ ਨਾ ਪੰਗਾ ਖੜਾ ਹੋ ਜੇ ਕਿਤੇ ਹਰਪ੍ਰੀਤ ਹਾਂ ਤੂੰ ਕੱਲੀ ਬੁੜ ਬੁੜ ਜਿਹੀ ਕਰੀ ਜਾਂਦੀ ਸੀਗੀ ਮੈਂ ਤਾਂ ਇਹ ਕਹਿੰਦੀ ਸੀ ਵੀ ਬੇਬੇ ਟਿਕਦੀ ਨਹੀਂ ਦੁਪਹਿਰੇ ਚ ਜੇ ਬਿਮਾਰ ਹੋ ਗਈ ਔਖਾ ਹੋ ਜਾਊਗਾ ਬੇਬੇ ਕਿਹੜਾ ਕਿਸੇ ਦੀ ਮੰਨਦੀ ਹੈ ਗੱਲ ਮੈਂ ਬਥੇਰਾ ਕਿਹਾ ਸੀ ਮੈਂ ਕਿਹਾ ਮੈਂ ਜਾ ਆਉਣਾ ਉਹ ਚਲ ਦਵਾਈ ਬੂਟੀ ਤਾਂ ਪੁੱਛਣ ਫਿਰ ਜਾਣਾ ਹੀ ਸੀ ਉਹਨੇ ਚਲ ਇਹਨੇ ਤੂੰ ਜਾਇਆ ਭੱਜ ਕੇ ਵਿਆਹ ਲੈਣੇ ਤੂੰ ਨਾ ਸਲਾਮੀ ਦੇ ਕੇ ਉਹਦੀ ਆ ਜੀ ਬਾਹਲਾ ਟਾਈਮ ਨਾ ਖੜੀ ਕਰਨੀ ਹੈ ਉਹ ਕੋਈ ਗੱਲ ਨੀ ਨਾਲੇ ਮੇਰੀ ਗੱਲ ਸੁਣ ਲੈ ਵਿਆਹ ਦੇ ਘਰੋਂ ਐ ਕਿੱਥੇ ਮੁੜਿਆ ਜਾਂਦਾ ਹੁੰਦਾ ਮੈਂ ਮੁੜਨ ਦੀ ਕੋਸ਼ਿਸ਼ ਤਾਂ ਛੇਤੀ ਕਰੂੰਗਾ ਤੂੰ ਜ਼ਿਆਦਾ ਟਾਈਮ ਨਾ ਲਾਈ ਗਰਮੀ ਨਾ ਬਿਮਾਰ ਹੋ ਜਾਊਗਾ ਮੈਂ ਤੈਨੂੰ ਦੱਸਾਂ ਕੋਈ ਨਹੀਂ ਕੋਈ ਗਰਮੀ ਦੇ ਕਿਹੜੇ ਹੁੰਦੇ ਵਿਆਹ ਉਹ ਨਾਲੇ ਮੇਰੀ ਗੱਲ ਸੁਣ ਹਾਂ ਬਿਮਾਰ ਹੋਈਏ ਭੂਆ ਜੀ ਹੁਣ ਰਹੀਏ ਪਕੌੜੇ ਪਕੌੜੇ ਤਾਂ ਖਾ ਕੇ ਹੋਣੇ ਪੈਣਗੇ ਥੋੜੇ ਖਾ ਲਈ ਤਲਿਆ ਮਾੜਾ ਹੁੰਦਾ ਗਰਮੀ ਚ ਇਹਨੂੰ ਦੇਖ ਲੈ ਪਕੌੜਿਆਂ ਦੀ ਬਣ ਗਈ ਸਾਡੇ ਭਾਜੀ ਬਣੀ ਪਈ ਹੈ ਜੇ ਤਾਈ ਨੇ ਕੁਝ ਦੱਸਤਾ ਉਹਨੂੰ ਤਾਈ ਕੇ ਘਰੇ ਉਹ ਗਈ ਹੈ ਤਾਈ ਹੁਣ ਪੱਕਾ ਦੱਸੂ
ਵੀ ਤੈਨੂੰ ਕਿਹੜਾ ਪੈਣਾ ਸੀ ਦੌਰਾ, ਕਿਹੜੀ ਮੈਂ ਦਵਾਈ ਲਿਆ ਕੇ ਦਿੱਤੀ, ਮੈਂ ਤਾਂ ਕੁਛ ਹੀ ਨੀ ਦਿੱਤਾ, ਹੁਣ ਭੂਆ ਨਾ ਕਰਾਂ ਗੱਲ। ਭੂਆ! ਹਾਂ ਹਰਪ੍ਰੀਤ, ਕੀ ਆ ਰਹੀ ਸੀ? ਭੂਆ ਪੰਗਾ ਖੜਾ ਹੋ ਗਿਆ। ਕਾਹਦਾ? ਜਦੋਂ ਮੇਰੀ ਬੇਬੇ ਨੂੰ ਮੈਂ ਤੈਨੂੰ ਆਖਿਆ ਨੀ ਸੀ ਵੀ ਕਿੱਧਰ ਗਈ ਹੈ, ਦੇਖ ਲੈਣੇ ਆਪਾਂ, ਆਪਾਂ ਨੂੰ ਨੀ ਪਤਾ ਲੱਗਿਆ ਹੁਣ ਵੀ ਕਿੱਧਰ ਗਈ ਹੈ, ਤੈਨੂੰ ਪਤਾ ਕਿੱਥੇ ਗਈ ਹੈ ਉਹ? ਨਾ ਵੀ ਮੈਨੂੰ ਕੀ ਪਤਾ। ਤਾਏ ਕੀ ਕਰੇਗੀ ਹੈ? ਕੀ ਕਰਨ ਗਈ ਹੈ? ਤਾਏ ਕੀ ਕਰੇਗੀ ਹੈ? ਤਾਈ ਕੋਲੇ ਦਵਾਈ ਪੁੱਛਣ, ਦੌਰੇ ਵਾਲੀ ਜਿਹੜੀ ਆਪਾਂ ਦਿੱਤੀ ਸੀ ਉਹਨੂੰ, ਆਪਾਂ ਕਿਹੜੀ ਦਵਾਈ ਦਿੱਤੀ ਐ ਦੱਸ ਉਹਨੂੰ। ਆਪਾਂ ਐ ਕਹਿਤਾ ਵੀ ਤਾਈ ਤੋਂ ਦਵਾਈ ਲੈ ਕੇ ਦਿੰਦੇ ਆ, ਨਾ ਆਪਾਂ ਤਾਈ ਨੂੰ ਕੁਛ ਕਹਿ ਕੇ ਆਇਆ ਵੀ ਜੇ ਮੇਰੀ ਬੇਬੇ ਤੇਰੇ ਕੋਲੇ ਆ ਗਈ ਤਾਂ ਤੂੰ ਕੋਈ ਜਵਾਬ ਦੇ ਦੀ। ਹੁਣ ਕੀ ਬਣੂ? ਤੂੰ ਤਾਈ ਦਾ ਨਾਂ ਕੀ ਕਿਉਂ ਲੈਤਾ? ਹੁਣ ਮੈਨੂੰ ਕਿਹੜਾ ਪਤਾ ਸੀ ਤਾਏ ਕੇ ਘਰੇ ਬੇਬੇ ਵਗ ਜੂਗੀ? ਬੇਬੇ ਦੂਰ ਤਾਏ ਕੇ ਘਰ। ਭੂਆ ਮੁੜ ਕੇ ਪੈਸਿਆਂ ਦੇ ਚੱਕਰ ਚੋਂ ਤਾਂ ਗੱਲ ਹੀ ਭੁੱਲ ਗਏ ਵੀ ਇਹ ਗੱਲ ਕਦੇ ਮੂਹਰੇ ਵੀ ਆ ਜੂਗੀ, ਆਪਾਂ ਨੂੰ ਕੀ ਪਤਾ ਸੀ ਹੁਣ? ਹੁਣ ਆਪਾਂ ਦੋਨੇ ਫਸਾਂਗੇ ਆ। ਹੁਣ ਆਇਆ ਤਾਂ ਉਹਨੂੰ ਕੀ ਪਤਾ ਵੀ ਮੇਰੇ ਕਰੰਟ ਲਾਇਆ ਸੀ, ਉਹਨੂੰ ਕਹਿ ਲਿਆ ਉਹਨੂੰ ਨਹੀਂ ਕਰੰਟ ਦਾ ਪਤਾ, ਉਹ ਤਾਈ ਕੋਲ ਗਈ ਹੈ ਦਵਾਈ ਪੁੱਛਣ। ਵੀ ਇਹਨੂੰ ਦੱਸਿਆ ਤੇਰੇ ਭਤੀਜੇ ਨੂੰ ਵੀ ਮੈਂ ਤਾਂ ਜਿਹੜੀ ਮੈਨੂੰ ਦਵਾਈ ਦਿੱਤੀ ਸੀ ਦੌਰੇ ਤੋਂ ਦਵਾਈ ਪੁੱਛ ਕੇ ਆਉਣੀ ਆ ਤੇ ਮੇਰਾ ਤਾਂ ਸਿਰ ਦੁਖਦਾ ਕਹਿੰਦੀ। ਚੱਲ ਉਹ ਤਾਂ ਐ ਹੋ ਜੂਗਾ ਵੀ ਕੀ ਪਤਾ, ਮੈਨੂੰ ਵੀ ਕਹਿਣੀਆਂ ਹੁਣ ਕਿਸੇ ਤੋਂ ਵੀ ਹੋਰ ਕਿਸੇ ਤੋਂ ਲਿਆਏ ਹੋਣ। ਤਾਈ ਹੁਣ ਦੱਸ ਦੂਗੀ, ਤਾਈ ਕਹਿੰਦੇ ਵੀ ਭਾਈ ਮੈਂ ਤਾਂ ਕੋਈ ਦਵਾਈ ਨੀ ਦਿੱਤੀ ਤੈਨੂੰ, ਨਾ ਕੋਈ ਤੈਨੂੰ ਕਦੇ ਦੌਰਾ ਪਿਆ ਸੀ, ਆਪਾਂ ਇਹ ਨੀ ਕਹਿੰਦੇ ਸੀ ਵੀ ਇੱਕ ਵਾਰੀ ਇਹਨੂੰ ਪਹਿਲਾਂ ਵੀ ਪੈ ਗਿਆ ਸੀ ਪਾਗਲ ਹੈਗੀ ਉਹ? ਤਾਈ ਕੋਲ ਆਪਾਂ ਗਈਆਂ ਨੀ, ਆਈਆਂ ਨੀ ਵੀ ਇਹਦੇ ਕਰੰਟ ਲਾਇਆ ਸੀ, ਤਾਈ ਨੂੰ ਕੀ ਪਤਾ ਵੀ ਇਹਦੇ ਕਰੰਟ ਲਾਇਆ। ਹਾਂ ਹਾਂ ਕਰੰਟ ਦਾ ਵੀ ਨੀ ਪਤਾ, ਫਿਰ ਉਹਨੂੰ ਕੀ ਪਤਾ, ਉਹ ਆਖੂਗੀ ਵੀ ਮੇਰਾ ਨਾਂ ਤਾਂ ਉਹ ਲੈਤਾ ਕਿਸੇ ਤੋਂ ਹੋਰ ਲਿਆਏ ਹੋਣਗੇ। ਨਾ ਨਾ ਇਹ ਗੱਲ ਦੀ ਤਾਂ ਉਹ ਖੋਜ ਕਰੂਗੀ, ਹੁਣ ਆਪਾਂ ਕਹਾਂਗੇ ਕੀ? ਐਂ ਦੱਸ ਆਪਾਂ ਚੁੱਪੀ ਰਹਿ ਕਿਤੇ ਮੂੰਹ ਚੋਂ ਕੱਢਦੇ ਗੱਲ। ਮੈਨੂੰ ਤਾਂ ਐ ਲੱਗਦਾ ਮੇਰੇ ਮੂੰਹ ਚੋਂ ਨਾ ਨਿਕਲੀ, ਮੈਥੋਂ ਦੱਸਿਆ ਨਾ ਜਾਵੇ ਵੀ ਬੇਬੇ ਤੈਨੂੰ ਕੋਈ ਦੌਰਾ ਨੀ ਸੀ ਪਿਆ ਜਿੱਦਾਂ ਤੈਨੂੰ ਕਰੰਟ ਲਾਇਆ। ਦੋਨੇ ਫਸ ਜਾਣਗੀਆਂ, ਮੇਰੇ ਤਾਂ ਇਹਦੀ ਮੂੰਹ ਚੋਂ ਨਿਕਲਣ ਲੱਗਾ ਸੀ ਇਸੇ ਕੋਲੇ ਤੇਰੇ ਭਤੀਜੇ ਕੋਲੇ। ਹੁਣ ਉਹ ਕਹਿੰਦਾ ਕਿ ਬੇਬੇ ਕੇ ਦੌਰੇ ਦਾ ਪਤਾ ਕਰਨਗੇ ਵੀ ਦੌਰੇ ਦੀ ਦਵਾਈ ਜਿਹੜੀ ਦਵਾਈ ਸੀ ਮੇਰੇ ਤਾਂ ਮੂੰਹ ਚੋਂ ਨਿਕਲਣ ਪਏ ਜਾਵੇ ਵੀ ਬੇਬੇ ਨੂੰ ਦੌਰਾ ਕਿਹੜਾ ਪਿਆ ਤਾਂ ਕਰੰਟ ਲਾਇਆ ਸੀ ਅਸੀਂ ਕਟਵਾਲੋ ਰੱਖ ਜੀਭ ਤੇ। ਭੂਆ ਨੰਬਰ ਦੋ ਵਾਰੀ ਕਰੰਟ ਲਾਤਾ ਉਹਨੂੰ, ਕੀ ਹੈ ਕਿਤੇ ਦੋ ਵਾਰੀ ਕਰਕੇ ਕੁਛ ਉਹਦਾ ਦੁਖਣ ਨਾ ਲੱਗ ਗਿਆ ਹੋਇਆ। ਕਹਿੰਦਾ ਸੀ ਵੀ ਸਿਰ ਦੁਖਦਾ ਬੇਬੇ ਦਾ, ਉਹ ਇਹ ਜੀ ਦਵਾਈ ਦਵਾ ਲਿਓ ਜੇ ਸਿਰ ਸੁਰ ਦੁਖਦਾ ਮਾੜਾ ਮੋਟਾ, ਗਰਲਾਲ ਨੂੰ ਕਹਿੰਦਾ। ਨਾਲੇ ਆਪਣੇ ਨਾਲ ਕਿੱਥੇ ਹੁਣ ਮਿੱਠ ਤੇ ਪਿਆਰ ਰੱਖਦੀ ਹੈ, ਗਰਲਾਲ ਨਾਲ ਤਾਂ ਹੈਗਾ ਉਹਦਾ, ਗਰਲਾਲ ਦਵਾ ਲਿਆਊਗਾ ਉਹਨੂੰ ਬੇਬੇ ਨੂੰ ਕਿਸੇ ਹੋਰ ਡਾਕਟਰ ਤੋਂ ਦਵਾਈ ਦਵਾ ਦੇ। ਉਹ ਤਾਂ ਹੁਣ ਵਿਆਹ ਲੈਣ ਗਿਆ। ਚੱਲ ਮੈਂ ਦੇਖਦੀ ਹਾਂ ਸਿੰਦਾ ਨੂੰ ਵੀ ਕਿੱਥੇ ਹੈ। ਤੂੰ ਕੀ ਦੇਖੇਂਗੀ ਭੂਆ, ਤੇਰੇ ਨਾਲ ਉਹਨਾਂ ਲੜ ਪਏ ਫਿਰ ਤੇਰੇ ਗੱਲ ਪੈ ਜੇ ਫਿਰ ਮੇਰਾ ਕੀ ਕਰ ਦੂਗੀ ਲੜ ਕੇ? ਹਾਂ ਖੁੰਡੀ ਲੈ ਜਾ, ਖੁੰਡੀ ਫੜਾ ਮੈਨੂੰ ਰੇ, ਆ ਪੀਏ ਮੈਂ ਦੇਖਦੀ ਹਾਂ। ਚੰਗਾ ਫਿਰ ਦੇਖ ਗੱਲ ਕਰ ਲਈ ਫਿਰ ਇਹਦੇ ਨਾਲ ਵੀ ਕਿੱਧਰੋਂ ਆਈਆਂ, ਕੀ ਕਰਨ ਗਈ ਸੀ? ਹਾਂ ਜੇ ਤੇਰਾ ਕੋਈ ਦੁਖਦਾ ਵੀ ਅਸੀਂ ਦਵਾਈ ਦਵਾ ਦੇਣੇ ਤੈਨੂੰ, ਗਰਲਾਲ ਤੂੰ ਪਹਿਲੀ ਲੈ ਕੇ ਹੀ ਉਹਨੂੰ ਐ ਪਤਾ ਲੱਗ ਜੂਗੀ, ਇਹਨਾਂ ਨੇ ਕਿਸੇ ਨੂੰ ਦੱਸਿਆ? ਆਪਾਂ ਨੂੰ ਕਿਹੜਾ ਦੱਸਿਆ ਇਹਨੇ ਦੁਖਦਾ? ਗਰਲਾਲ ਨੇ ਤਾਂ ਦੱਸਿਆ ਹੀ ਆਪਾਂ ਨੂੰ, ਉਹਨੇ ਤਾਂ ਦੱਸਿਆ ਫਿਰ ਮੇਰੀ ਬੇਬੇ ਨੂੰ ਤਾਂ ਨੀ ਪਤਾ ਵੀ ਆਪਾਂ ਨੂੰ ਪਤਾ ਹੈ। ਆਹੋ ਚੰਗਾ, ਉਹਨੂੰ ਇਹ ਚੀਜ਼ ਦਾ ਪਤਾ ਨਾ ਲੱਗੇ ਵੀ ਤੈਨੂੰ ਪਤਾ ਹੈ। ਤੂੰ ਹੀ ਪੁੱਛੀ ਵੀ ਤੂੰ ਕਿੱਧਰ ਗਈ ਸੀ, ਕੋਈ ਸਮਾਨ ਲੈਣ ਗਈ ਸੀ? ਚੰਗਾ ਜਾਂ ਮਾੜੀ ਗੱਲ ਕਰੀ, ਚੱਲ ਕੀ ਗੱਲ ਹੈ ਜੇ ਕੁੜੀ ਨੂੰ ਪੈਸੇ ਦੇ ਤੇ ਸੀ ਤੈਨੂੰ ਨਾਲ ਰਲਾ ਲੈ, ਮੈਂ ਤੈਨੂੰ ਨਾਲ ਰਲਾ ਜਾਂਦੀ ਫਿਰ ਮੈਂ ਜਾਊਂਗੀ ਤੇ ਸੱਤੇ ਹੀ ਮਾਰਦੀ। ਆਹੋ ਹਾਂ ਕਹਿੰਦੀ, ਆਹੋ ਵੀ ਤੈਨੂੰ ਨਾਲ ਰਲਾ ਦੇ, ਕੋਈ ਨੀ ਤੂੰ ਲੈ ਆਈ ਜੇ ਆਉਂਦੀ ਹੋਈ। ਆਹੋ ਉਹਨਾਂ ਦਾ ਕਹੂੰਗੀ ਉਹਨੂੰ, ਪਰ ਮੰਨਣੀ ਨੀ ਉਹ ਹੁਣ, ਕੋਈ ਨੀ ਮੰਨ ਜੂਗੀ, ਇੱਧਰ ਉਹਨੂੰ ਤਾਂ ਬਥੇਰਾ ਭੱਜੀ ਫਿਰਦੀ ਆ ਉਹ। ਆਹੋ ਆ ਭੱਜੀ ਤਾਂ ਫਿਰਦੀ ਆ, ਪੂਰਾ ਮਾਨ ਤਾਨ ਕਰਾਊਗੀ, ਐ ਤੇ ਇੱਥੋਂ ਕਹਾਊਗੀ, ਮੇਰੇ ਆਖੇ ਤਾਂ ਨਹੀਂ ਆਉਂਦੀ। ਮੈਂ ਤਾਂ ਹੁਣ ਦੱਸ ਕੇ ਉਹਦੇ ਪੈਰੀਆਂ ਥਲਾ ਦੇ ਆਪੇ ਆ ਜੂ ਆਉਣਾ ਹੋਇਆ, ਦੇਖ ਲਿਆ ਹੁਣ ਨਵਾਂ ਪੰਗਾ ਖੜਾ ਹੋ ਗਿਆ ਹੁਣ ਹੋਰੀ।
ਚੱਲ ਦੇਖੀ ਜੂ ਗਈ ਆ ਭੂਆ ਆਪੇ ਛੱਡ ਲਿਆ ਮੇਰਾ ਪੈਨੀ ਮਿੱਠੋਨੀਓ ਬੋਲਿਆ ਜਾਂਦਾ ਹੋਰ ਤਾਈ ਨੇ ਤਾਂ ਬੇਚਾਰੀ ਨੇ ਬਥੇਰਾ ਮਾਨ ਤਾਨ ਕੀਤਾ ਨਾਲੇ ਮੈਨੂੰ ਚਾਹ ਪਾਣੀ ਪਿਆ ਨਾ ਮੇਰਾ ਸਿਰ ਦੱਬਿਆ ਬੇਚਾਰੀ ਨੇ ਕਹਿੰਦੀ ਮੈਂ ਤਾਂ ਤੈਨੂੰ ਕਦੇ ਵੀ ਨੀ ਦਵਾਈ ਦਵਾਈ ਨਾ ਕਦੇ ਤੈਨੂੰ ਦੌਰਾ ਪਿਆ ਸੀ ਇਹ ਚਾਂਸ ਕੀ ਹੋ ਗਿਆ ਫਿਰ ਮੈਨੂੰ ਕੀ ਨੇ ਦਵਾਈ ਦਿੱਤੀ ਇਹਨਾਂ ਨੂੰ ਕੀ ਪੁੱਛਾਂ ਹੁਣ ਮੈਂ ਇਹਨਾਂ ਨੇ ਕਿਹੜੀ ਦੇਣੀ ਆ ਦਵਾਈ ਮੈਨੂੰ ਸਿਰ ਬਾਹਲਾ ਦੁਖ ਜਾਂਦਾ ਚੱਲ ਮੈਂ ਤਾਂ ਪੈਨੀ ਆਗੀ ਫੇਰ ਹੀ ਦੇਖੂਗੀ ਕਰਕੇ ਦਵਾਈ ਦਾ ਹੱਲ ਕੋਈ ਅੱਖਾਂ ਨੀ ਚੱਲਦਾ ਉਹ ਮੁੰਡਾ ਵੀ ਕਹਿੰਦਾ ਮੈਂ ਤਾਂ ਫੇਰ ਆਊਂਗਾ ਅੱਥਣੇ ਸਮਾਰਨ ਕਿਹੜਾ ਸਮਾਰਨ ਗਾ ਨਾ ਗੁਰਲਾਲ ਸਮਾਰਦਾ ਗਾ ਨਾ ਉਹ ਮੁੰਡਾ ਆਇਆ ਚਲੋ ਅਸੀਂ ਪੈ ਜਾਂਦੀ ਹਾਂ ਮੈਂ ਤਾਂ ਹੋਰ ਕੀ ਆ ਸਿਰ ਬਾਹਲਾ ਦੁਖ ਜਾਂਦਾ ਮੇਰਾ ਤਾਂ ਦਵਾਈ ਬੂਟੀ ਦਾ ਕਰੂੰਗੀ ਹੱਲ ਅੱਥਣੇ ਧੁੱਪ ਵਾਲੀ ਆ ਚੀਲਾ ਨੂੰ ਲਿਆਉਣੀ ਆ ਬੋਲ ਮਾਰ ਕੇ ਪਤਾ ਨੀ ਕਿੱਧਰੋਂ ਆਈ ਹੈਗੀ ਜੇ ਆਊਗੀ ਤਾਂ ਅੱਖੇ ਲੱਗੂਗੀ ਧੁੱਪੇ ਧੁੱਪੇ ਪਤਾ ਨੀ ਕਿੱਧਰ ਤੁਰੀ ਫਿਰਦੀ ਹੈ ਕਿਹਦੇ ਕੋਲੋਂ ਆਈ ਹੈ ਕਹੀ ਨੀ ਆ ਉਹਨੂੰ ਵੀ ਆ ਜਾ ਉੱਧਰ ਆ ਜਾ ਸੀਲਾ ਸੀਲਾ ਤੂੰ ਕਿਵੇਂ ਆ ਗਈ ਕਿੱਧਰੋਂ ਆਈ ਹੈ ਤੂੰ ਤੈਨੂੰ ਕੀ ਮੈਂ ਕਿੱਧਰ ਹੀ ਜਾਵਾਂ ਕਿੱਧਰ ਆਵਾਂ ਮੈਂ ਕਿੱਥੇ ਗਈ ਸੀ ਤੂੰ ਹੁਣ ਮੈਂ ਬਾਗੀ ਸਰ ਦੇ ਮੈਂ ਤਾਂ ਦਵਾਈ ਪੁੱਛਣ ਗਈ ਸੀਗੀ ਇਹਦੀ ਤਾਈ ਨੂੰ ਕੀ ਆਦੀ ਫਿਰ ਉਹ ਕਹਿੰਦੀ ਮੈਂ ਤਾਂ ਕਿਤੋਂ ਨੀ ਦਵਾਈ ਲਿਆ ਕੇ ਦਿੱਤੀ ਮੈਂ ਕਹਿੰਦੀ ਤੈਨੂੰ ਕਦੇ ਦੌਰਾ ਪਿਆ ਤੇ ਕੀ ਚਾਂਸ ਹੋ ਗਿਆ ਪਤਾ ਨੀ ਮੈਨੂੰ ਕਿੱਥੋਂ ਦਵਾਈ ਲਿਆ ਕੇ ਦਿੱਤੀ ਇਹਨਾਂ ਨੇ ਹੁਣ ਤੂੰ ਆ ਜਾ ਚੱਲ ਉੱਥੇ ਬਾਈ ਚੱਲ ਹਵਾ ਚ ਇੱਥੇ ਗਰਮੀ ਚ ਬੈਠੀ ਆ ਗਰਮੀ ਨਾਲ ਹੀ ਹੋ ਗਿਆ ਗਰਮੀ ਚ ਤਾਂ ਤੁਸੀਂ ਮੈਨੂੰ ਬਿਠਾਇਆ ਗਾ ਪਹਿਲਾਂ ਤਾਂ ਤੂੰ ਲੜ ਲੜਾ ਕੇ ਸਾਨੂੰ ਅੱਡ ਕਰਾਤਾ ਹੁਣ ਤੂੰ ਮੈਨੂੰ ਲੈਣ ਆ ਗਈ ਹੁਣ ਮੈਂ ਉਹਨੇ ਬੈਠੇ ਦਿਮਾਗ ਚ ਦਾ ਭਰਜਾਈ ਆ ਫਿਰ ਵੀ ਬਸ ਮੈਂ ਤਾਂ ਜਾਂਦੀ ਨਹੀਂ ਉਹ ਲੜ ਪੂਗੀ ਮੇਰੇ ਨਾਲ ਹਰਪ੍ਰੀਤ ਨਹੀਂ ਲੜਦੀ ਤੂੰ ਵੀ ਨਹੀਂ ਉਹ ਉਸ ਦੀ ਤੂੰ ਕਰਾਉਣੀ ਹੈਗੀ ਨਹੀਂ ਮੈਂ ਉਹ ਕੁਛ ਨਹੀਂ ਕਹਿੰਦੀ ਤੈਨੂੰ ਆ ਚੱਲ ਕੇ ਤੈਨੂੰ ਲੈਣ ਆਈ ਆ ਮੈਂ ਆ ਜਾ ਤੈਨੂੰ ਉੱਥੇ ਏਸੀ ਚ ਲੈ ਕੇ ਚੱਲਾ ਨੂੰ ਬਸ ਮੈਂ ਤਾਂ ਜਾਂਦੀ ਨਹੀਂ ਕੀ ਪਤਾ ਤੂੰ ਬਹਾਨੇ ਨਾਲ ਲੈ ਜਾਂਦੀ ਹੋ ਮੈਂ ਨਹੀਂ ਕੁਛ ਕਹਿੰਦੀ ਤੈਨੂੰ ਆ ਜੇ ਤੈਨੂੰ ਮੈਂ ਲੈਣ ਆ ਗਈ ਆ ਚੱਲ ਨਾ ਮੈਂ ਤਾਂ ਇੱਥੇ ਲੋਟਾਂਗੀ ਨਹੀਂ ਮੇਰੇ ਅੱਖੇ ਵੀ ਲੱਗ ਆ ਚੱਲ ਗਈ ਮੈਂ ਨਹੀਂ ਜਾਂਦੀ ਲੈ ਖੜੀ ਹੋ ਆ ਚੱਲ ਬਸ ਮੈਂ ਤਾਂ ਜਾਂਦੀ ਨਹੀਂ ਹੁਣ ਤੂੰ ਮੇਰੇ ਮਿੰਤਾ ਕਰਨ ਆ ਗਈ ਪਹਿਲਾਂ ਤੈਨੂੰ ਮੈਂ ਦਿਸੀ ਨਹੀਂ ਗਈ ਪਹਿਲਾਂ ਤੂੰ ਮੈਨੂੰ ਸੌ ਸੌ ਕੁਛ ਕਹਾਤਾ ਮੈਂ ਮੇਰੇ ਮੁੰਡੇ ਤੋਂ ਕਹਾਤਾ ਮੈਂ ਤੂੰ ਨੂੰ ਤੋਂ ਕਹਾਤਾ ਮੈਂ ਤੂੰ ਆਖਾ ਮੈਨੂੰ ਸੌ ਚੱਲ ਹੁਣ ਮੈਂ ਤੈਨੂੰ ਮੈਂ ਨਾਲ ਲਾ ਜੂੰਗੀ ਮੈਂ ਹੁਣ ਫਿਰ ਜਾਊਂਗੀ ਫਿਰ ਤੈਨੂੰ ਨਾਲ ਲਾ ਕੇ ਨਾ ਬਸ ਮੈਂ ਨਹੀਂ ਰਲਦੀ ਨਾਲ ਆਏ ਜੇ ਤੂੰ ਮੈਨੂੰ ਨਾਲ ਲਾਏਂਗੀ ਕਟਾ ਦੇਂਗੇ ਉੱਥੇ ਮੈਨੂੰ ਹਰਪ੍ਰੀਤ ਤੋਂ ਨਹੀਂ ਕਿਹਾ ਜੇ ਤੈਨੂੰ ਮੈਂ ਕਹਿੰਦਾ ਖੜੀ ਹੋ ਚੱਲ ਮੈਂ ਲੈ ਕੇ ਚੱਲਾਂ ਏਸੀ ਚਾਹ ਚੱਲ ਗਏ ਚਲ ਤੂੰ ਮੈਨੂੰ ਮਰਵਾ ਲਈ ਆਉਂਦੀ ਤੈਨੂੰ ਗਰਮੀ ਹੈ ਚੱਲ ਚੱਲ ਗਏ ਇੱਥੇ ਹਾਂ ਗਰਮੀ ਚ ਬੈਠੀ ਆ ਹੁਣ ਤੈਨੂੰ ਗਰਮੀ ਦਿਸਗੀ ਤੈਨੂੰ ਮੈਂ ਗੁਲਾਲ ਨੂੰ ਭੇਜ ਦੇਵਾਂਗੇ ਤੈਨੂੰ ਦਵਾਈ ਦਵਾ ਲਿਆਊਗਾ ਕਿਤੋਂ ਸਹੀ ਮੈਂ ਤੈਨੂੰ ਚੰਗੀ ਨਹੀਂ ਲੱਗੀ ਇਹਨਾਂ ਦੇ ਨਾਲ ਕੰਮ ਕਰਦੀ ਚਲ ਕੋਈ ਚੰਗੀ ਕਿਉਂ ਲੱਗੀ ਉਹ ਤਾਂ ਆਪ ਹੀ ਕੰਮ ਕਲੋਟਾ ਕਰ ਲਿਆ ਸੀ ਨਾ ਕੀ ਕਲੋਟਾ ਕਰਤਾ ਮੈਂ ਤਾਂ ਚੰਗਾ ਹੀ ਕੀਤਾ ਸੀ ਮੈਂ ਕੀ ਕਲੋਟਾ ਕਰਤਾ ਚੰਗਾ ਤਾਂ ਕਿਹੜਾ ਕਰਿਆ ਸੀ ਚੰਗਾ ਹੀ ਕੀਤਾ ਮੈਂ ਹੁਣ 2.5 ਲੱਖ ਰੁਪਏ ਇਹਨਾਂ ਨੂੰ ਆ ਗਿਆ ਚੰਗ ਮਾੜਾ ਕਰਤਾ ਮੈਂ ਉਹ 2.5 ਲੱਖ ਦਾ ਆ ਗਿਆ ਤੈਨੂੰ ਪਤਾ ਬਗਾਨੀਆਂ ਝੀਆਂ ਕਿੱਥੋਂ ਮੰਨਦੀਆਂ ਉਹ ਤਾਂ 10 ਰੁਪਏ ਦੇ ਕੇ ਨੀ ਰਾਜੀ ਹੁੰਦੀਆਂ ਕੁੜੀਆਂ ਕਤਰੀਆਂ ਨੂੰ ਤੂੰ ਹੁਣ ਉਹਨੂੰ 2.5 ਲੱਖ ਰੁਪਇਆ ਦੇਤਾ ਕੁੜੀ ਨੂੰ ਉਹ ਲੈਣਾ ਹੀ ਸੋ ਤਾਂ ਮੈਂ ਹੁਣ ਜਦੋਂ ਦੋਨਾਂ ਭੈਣ ਭਰਾਵਾਂ ਦਾ ਮੈਂ ਤਾਂ ਇੱਕੋ ਆ ਰੱਖਿਆ ਸੀ ਮੈਨੂੰ ਕਿਹੜਾ ਪਤਾ ਸੀ ਵੀ ਮੇਰੇ ਨਾਲ ਐਂ ਕਲੇਸ਼ ਪੈ ਜਾਊਗਾ ਇਹ ਤੈਨੂੰ ਪਤਾ ਹੀ ਆ ਹੁਣ ਤੈਨੂੰ ਪਤਾ ਨੀ ਸੇ ਸਵਾਰ ਹਰਪ੍ਰੀਤ ਦੇ ਦਾ ਪਹਿਲਾਂ ਤਾਂ ਠੀਕ ਸੀ ਜਦੋਂ ਦੀ ਤੂੰ ਆਈ ਆ ਬੰਦਾ ਇਹਨੂੰ ਪਤਾ ਨਹੀਂ ਉਹ ਲੈਣ ਪੈਸਾ ਦਾ ਨਹੀਂ ਪਤਾ ਸੀ ਪਹਿਲਾਂ ਤਾਂ ਵਧੀਆ ਮੈਨੂੰ ਉਹ ਕਰਦੀ ਸੀ ਅਸਾਂ ਪਹਿਲਾਂ ਤਾਂ ਇਹਨੂੰ ਕਿਹੜਾ ਪਤਾ ਸੀ ਵੀ ਮੇਰੇ ਬੇਬੇ ਨੇ ਐ ਕੋਈ ਬੇਈਮਾਨਾ ਕਰਿਆ ਆ ਜਾ ਤੇ ਏਸੀ ਚ ਆ ਜਾ ਵੀ ਹਟ ਗਿਆ ਤਾਂ ਤੇ ਟੁਕੜਾ ਦੇ ਤੈਨੂੰ ਪਤਾ ਹੀ ਹੈ ਤੈਨੂੰ ਏਸੀ ਚ ਬਖ ਚੱਲ ਗਰਮੀ ਆ ਟੁਕੜਾ ਹੁਣ ਤੈਨੂੰ ਪਤਾ ਅੱਜ ਕੱਲ ਪੈਸਾ ਮੁੱਖ ਹੈਗਾ ਕੀ ਪਤਾ ਕੀ ਬੋਲੂ ਗਿਆ ਹਰਪ੍ਰੀਤ ਮੈਂ ਕੁਛ ਨਹੀਂ ਬੋਲਦੀ ਚੱਲ ਤੈਨੂੰ ਮੈਂ ਕਿਹੜਾ ਕਹਿਤਾ ਅੰਦਰ ਬਖ ਚੱਲ ਮੈਂ ਇੱਥੇ ਬਾਹਰ ਨਹੀਂ ਆ ਨਹੀਂ ਤੂੰ ਬਾਹਰ ਅੰਦਰ
ਦੁਸ਼ਮਣ ਹਰਪ੍ਰੀਤ ਨਾਲ ਲੜ ਪਾ ਮੈਂ ਤਾਂ ਉੱਥੇ ਬਹਿੰਦੀ ਸੀ ਬੇਬੇ ਮੈਂ ਕਾਹਤੋਂ ਲੜੂੰਗੀ ਲੜਾਈ ਹੁਣ ਹੋਈ ਗੱਲ ਫਿਰ ਜਦੋਂ ਰਾਤ ਦਾ ਪੱਖਾ ਖੜਿਆ ਭਾਈ ਤੇ ਦੱਸਿਆ ਨੀ ਰਾਤ ਦਾ ਤਾਏ ਕੇ ਘਰੇ ਤਾਂ ਤੂੰ ਗਈ ਹੈ ਪੱਖੇ ਨੂੰ ਕਹਿਣ ਵੀ ਲੋਟ ਕਰਾ ਦਿਓ ਤੇ ਸਾਨੂੰ ਤਾਂ ਦੱਸਿਆ ਨੀ ਦੱਸਾਂ ਕਿਹਨੂੰ ਮੈਨੂੰ ਆਏ ਸੀ ਜੇ ਤੁਹਾਨੂੰ ਉਠਾਤਾ ਤਾਂ ਤੁਸੀਂ ਲੜ ਪਾਓਗੇ ਮੈਂ ਤਾਂ ਗਰਮੀ ਚ ਕੱਟ ਲਿਆ ਹਰਕ ਸਾਰੀ ਰਾਤ ਬੇਬੇ ਉਹ ਤਾਂ ਹੁਣ ਤੇਰੀ ਆਪਦੀ ਉਹ ਹੈ ਭਾਈ ਉਹ ਤਾਂ ਆਪਦੀ ਕੁੜੀ ਦੇ ਕਾਰਨ ਕੱਟਦੀ ਆ ਗਰਮੀਆਂ ਸੀ ਕਿਹੜਾ ਤੈਨੂੰ ਅੱਡ ਕਰਕੇ ਪਹਿਲਾਂ ਮੈਂ ਤੈਨੂੰ ਅੱਡ ਹੀ ਕਰਿਆ ਸੀ ਪਰ ਉਹ ਅੱਡ ਕਰਦੀ ਸੀ ਤੂੰ ਜੇ ਮੈਂ ਹੁਣ ਕੁੜੀ ਤੋਂ ਪੈਸੇ ਲੈ ਕੇ ਤੁਹਾਨੂੰ ਦਿੰਦੀ ਫਿਰ ਤਾਂ ਤੁਸੀਂ ਐਸੀ ਚ ਪਾ ਲੈਂਦੇ ਮੈਨੂੰ ਹੁਣ ਤੁਸੀਂ ਮੈਨੂੰ ਉਹ ਗਰਮੀ ਚ ਬਿਠਾਤਾ ਟੁੱਟਾ ਪੱਖਾ ਵੀ ਨਹੀਂ ਚੱਲਦਾ ਤੁਸੀਂ ਬੜਕ ਵੀ ਨਹੀਂ ਲੈਤੀ ਵੀ ਬੈਡ ਗਰਮੀ ਚ ਪਈ ਆ ਤੇ ਪੱਖਾ ਚੱਲਦਾ ਗਾ ਫਿਰ ਉਹ ਮਾਂ ਪਿਓ ਹੁੰਦੇ ਹੈਗੇ ਹੁਣ ਬੇਬੇ ਸਾਨੂੰ ਕੀ ਪਤਾ ਲੱਗੇ ਪਹਿਲਾਂ ਜਿਹਨੂੰ ਅੰਦਰ ਪਏ ਗਏ ਅੰਦਰ ਪਿਆਂ ਨੂੰ ਬਾਹਰ ਦਾ ਕੀ ਪਤਾ ਲੱਗੂ ਜਾਂ ਤੂੰ ਦੱਸਦਾ ਨਹੀਂ ਜੇ ਤੇਰਾ ਪੱਖਾ ਖੜ ਗਿਆ ਸੀ ਅਸੀਂ ਕਿਹੜਾ ਤੈਨੂੰ ਰੋਕਿਆ ਸੀ ਵੀ ਸਾਡੇ ਕੋਲੇ ਆਣਾ ਜਦੋਂ ਮੈਨੂੰ ਦੌਰਾ ਪੈਂਦਾ ਸੀਗਾ ਉਦੋਂ ਫਿਰ ਤਾਂ ਹੀ ਤੁਸੀਂ ਬੜ ਬੜਕ ਲੈ ਲਈ ਬਾਹਰੇ ਵੀ ਬੈਦਾਂ ਨੂੰ ਦੌਰਾ ਨਾ ਪੈ ਜੇ ਬੇਬੇ ਥੱਕੇ ਸੀ ਨੀਂਦ ਆ ਗਈ ਬਈ ਪਤਾ ਨਹੀਂ ਲੱਗਿਆ ਦੇਖ ਗਲਤੀ ਹੋ ਗਈ ਗਲਤੀ ਮੰਨ ਲੈਨੇ ਤੇ ਇੱਥੋਂ ਗਲਤੀ ਹੋ ਗਈ ਸਾਨੂੰ ਮਾਫ਼ ਕਰ ਦੇ ਤੇ ਸੌਖਾ ਨਹੀਂ ਹੋਈ ਗਲਤੀ ਤਾਂ ਮੈਥੋਂ ਹੀ ਹੋਈ ਹੈ ਪੁੱਤ ਜਦ ਮੈਂ ਪੈਸੇ ਇਕੱਠੇ ਕਰਤੇ ਜੋੜ ਕੇ ਸਾਨੂੰ 2 ਲੱਖ ਰੁਪਇਆ ਦਿੱਤਾ ਨਾ ਕੁੜੀ ਨੂੰ ਦਿੱਤਾ ਗਲਤੀ ਤਾਂ ਮੈਥੋਂ ਹੋਈ ਹੈ ਸੌਖਾ ਨਹੀਂ ਹੋਈ ਗਲਤੀ ਚੱਲ ਚੰਗੀ ਗੱਲ ਹੈ ਬੇਬੇ ਗਲਤੀ ਮੰਨਦੀ ਤਾਂ ਹੈ ਹੋਈ ਤਾਂ ਗਲਤੀ ਹੈ ਨਾ ਪਰ ਗਲਤੀ ਹੋਈ ਕੀਤੀ ਹੈ ਜਦ ਤਾਂ ਮੈਂ ਹੁਣ ਸੁਰਲੇ ਡਾ ਦਿੰਦੀ ਖਾ ਖਾ ਕੇ ਕੱਢਦੀ ਨਾ ਕੱਪੜੇ ਪਹਿਨ ਪਹਿਨ ਕੱਢਦੀ ਫਿਰ ਤਾਇਆਂ ਦੇ ਤੁਸੀਂ ਲੋਟ ਮੈਂ ਜੋੜ ਕੇ ਦੇਤੇ ਪੈਸੇ ਗਲਤੀ ਦੇਖ ਸਾਡੀ ਨੀ ਸਾਡੇ ਤੇ ਚੱਲ ਆ ਗਏ ਤੂੰ ਮੰਨਦੀ ਹੈ ਜੋੜ ਕੇ ਦੇ ਤੇ ਸਾਨੂੰ ਰੁਪਈਏ ਪਰ ਮੈਂ ਕਰਦੀ ਸੀਗੀ ਘਰੋਂ ਜੋੜ ਤੇ ਤਾਂ ਕਿਵੇਂ ਮਰਜ਼ੀ ਜੋੜ ਕਿਵੇਂ ਮਰਜ਼ੀ ਜੋੜ ਜੋੜ ਗਲਤੀ ਹੈ ਬੇਬੇ ਕੁੜੀ ਦੀ ਗਲਤੀ ਮੰਨਿਆ ਕਰ ਉੱਥੇ ਆ ਜਾ ਸਾਮੀ ਗੱਲ ਤੇ ਕੁੜੀ ਨੇ ਕੁੜੀ ਨੇ ਕਿਹੜੇ ਠੱਗੀ ਚੋਰੀ ਕੀਤੀ ਆ ਉਹ ਤਾਂ ਸਾਂਝਾ ਖਤ ਮੈਂ ਖਿਲਾਇਆ ਗਾ ਕੁੜੀ ਕੋਈ ਠੱਗੀ ਨੀ ਮਾਰ ਕੇ ਲਗਈ ਕੋਈ ਸਾਡੀ ਚੋਰੀ ਨੀ ਕਰਕੇ ਲਗਈ ਚੱਲ ਬੇਬੇ ਹੋਈ ਨਿਬੜੀ ਦੇ ਤੇ ਤਾਂ ਦੇ ਤੇ ਸਹੀ ਕੋਈ ਗੱਲ ਨੀ ਆਪੇ ਆਪਦੇ ਘਰੇ ਰਹੂਗੀ ਹੁਣ ਉਹ ਨਹੀਂ ਹੁਣ ਆ ਜਾਂਦੀ 4 ਦਿਨ ਛੁੱਟੀਆਂ ਚ ਲਾ ਜਾਂਦੀ ਮੈਨੂੰ ਆਖਿਆ ਸੀ ਮਾਇਆ ਨੂੰ ਵੀ ਮੈਨੂੰ ਇੱਥੇ ਪਈ ਰਹਿਣ ਵੀ ਹਰਪ੍ਰੀਤ ਬੋਲੂਗੀ ਅੱਜ ਕੱਲ ਤਾਂ ਪੈਸਾ ਮੁੱਕਾ ਜੇ ਮੈਂ ਹੁਣ ਪੈਸੇ ਲਿਆਉਣ ਦੀ ਚੱਕ ਕੇ ਪੰਜ ਬੰਨ ਕੇ ਫਿਰ ਤਾਂ ਮੈਨੂੰ ਹਰਪ੍ਰੀਤ ਨਾ ਬੋਲਦੀ ਬੇਬੇ ਤੂੰ ਆਪ ਗੱਲ ਛੇੜੀਏ ਭਈ ਮੈਂ ਕਿਹੜਾ ਗੱਲ ਛੇੜੀਏ ਤੇਰੇ ਕੋਲੇ ਪੈ ਜਾ ਮੈਂ ਤਾਂ ਕੁਛ ਨਹੀਂ ਕਹਿੰਦੀ ਤੈਨੂੰ ਪੈਣ ਤੋਂ ਪੈ ਜਾ ਉਹ ਏਸੀ ਚ ਪੈ ਜਾ 2 ਮਿੰਟ ਨਹੀਂ ਰਾਤ ਸੁੱਤੀ ਤੂਰੇ ਸੌਂ ਜਾ ਹੁਣ ਬਸ ਮੈਂ ਤਾਂ ਸਿਰ ਦੁਖ ਜਾਂਦਾ ਨਾ ਸਰੀਰ ਕੰਮੀ ਜਾਂਦਾ ਐ ਨਹੀਂ ਪਤਾ ਮੈਨੂੰ ਦੌਰਾ ਪੈ ਜੇ ਮੈਨੂੰ ਤਾਂ ਡਰ ਲੱਗਦਾ ਗਾ ਮੈਂ ਹੁਣ ਦਵਾਈ ਬੂਟੀ ਦਾ ਬੜਾ ਹੱਲ ਕਰਦੀ ਆ ਤੈਨੂੰ ਫੇਰ ਉਹ ਜ਼ਿਕਰ ਹੋ ਗਿਆ ਸੀ ਤੇਰੀ ਤਾਈ ਤਾਂ ਕਹਿੰਦੀ ਮੈਂ ਤਾਂ ਦਵਾਈ ਨਹੀਂ ਲਿਆ ਕੇ ਦਿੱਤੀ ਕੋਈ ਕਹਿੰਦੀ ਨਾਮ ਤੈਨੂੰ ਕਦੇ ਦੌਰਾ ਪਿਆ ਇਹ ਕੀ ਚਾਂਸ ਬਣ ਗਿਆ ਮੇਰੇ ਨਾਲ ਤਾਂ ਪਤਾ ਨਹੀਂ ਕੀ ਚਾਂਸ ਬਣਦਾ ਗਾ ਬੇਬੇ ਕੋਈ ਗੱਲ ਨੀ ਦਵਾਈ ਤੈਨੂੰ ਦਵਾ ਦਿਆਂਗੇ ਹੁਣ ਦਵਾਈ ਤੋਂ ਤਾਂ ਨਹੀਂ ਤੂੰ ਸਿੱਟੀ ਤੈਨੂੰ ਅਸੀਂ ਲਿਆ ਕੇ ਦਿੱਤੀ ਸੀ ਦਵਾਈ ਭੂਆ ਨੂੰ ਪਤਾ ਭੂਆ ਆਪ ਹੀ ਲਿਆ ਕੇ ਦੇ ਦੂਗੀ ਤੈਨੂੰ ਤੁਸੀਂ ਕਹਿੰਦੇ ਸਿੱਖ ਤਾਈ ਨੇ ਦਵਾਈ ਲਿਆ ਕੇ ਦਿੱਤੀ ਮੈਂ ਤਾਈ ਤੋਂ ਪੁੱਛਣ ਭੱਗ ਗਈ ਉਹ ਕਹਿੰਦੀ ਮੈਂ ਤਾਂ ਨਾ ਕੋਈ ਦਵਾਈ ਲਿਆ ਕੇ ਦਿੱਤੀ ਹੈ ਨਾ ਕਦੇ ਤੈਨੂੰ ਤਾਂ ਦੌਰਾ ਪਿਆ ਕਹਿੰਦੀ ਚੰਗੀ ਭਲੀ ਸੀ ਕਹਿੰਦੀ ਆ ਕੀ ਤੈਨੂੰ ਹੋ ਗਿਆ ਉਹ ਵੀ ਹੈਰਾਨ ਮੰਨ ਗਈ ਮੈਂ ਮੈਨੂੰ ਚਾਹ ਪਿਆਈ ਉਹਨੇ ਭੁੱਖੀ ਤੇ ਹੀ ਮਰਦੀ ਸੀ ਮੈਂ ਤਾਂ ਘਰੇ ਤੇ ਫਿਰ ਅਸੀਂ ਕਿਹੜੇ ਤੈਨੂੰ ਰੋਕਿਆ ਸੀ ਚਾਹ ਤੋਂ ਭਈ ਰਸੋਈ ਚ ਚਾਹ ਵੀ ਨਹੀਂ ਪੀ ਸੀ ਚੱਕ ਕੇ ਪੀ ਲਾਂਦੀ ਜੇ ਮੈਂ ਹੱਥ ਲਾਉਂਦੀ ਤਾਂ ਬੇਬੇ ਨੂੰ ਦੇਖ ਤਾਂ ਕੀ ਬੋਲਦੀ ਤੂੰ ਕੱਲ ਹਰਖ ਗੁੱਸਾ ਸੀ ਤੁਰਤ ਗੁੱਸਾ ਹੁੰਦਾ ਬੰਦੇ ਨੂੰ ਤਾਜ਼ਾ ਤਾਜ਼ਾ ਗੁੱਸਾ ਹੁੰਦਾ ਜਦੋਂ ਰਾਤ ਟੱਪ ਗਈ ਗੁੱਸਾ ਢਹਿਣਾ ਹੋ ਜਾਂਦਾ ਜੇ ਬੰਦਾ ਕੋਲੇ ਆ ਜੇ ਨਾ ਬੰਦਾ ਆਪ ਹੀ ਭੁੱਲ ਜਾਂਦਾ ਗੱਲ ਚੰਗੀ ਲੱਗਣ ਲੱਗ ਗਈ ਕਦੇ ਤੈਨੂੰ ਮਾਇਆ ਮਾੜੀ ਲੱਗਣ ਲੱਗ ਗਈ ਕਿਤੇ ਚੰਗੀ ਲੱਗਣ ਆਪ ਹੀ ਲੈਣ ਗਈ ਆਪ ਹੀ ਮਿੰਨਤਾਂ ਕਰਕੇ ਉਰੇ ਲਿਆਈ ਆ ਮੈਨੂੰ ਮੈਂ ਲੱਭਣਾ ਮੰਨਦੀ ਸੀ ਭੂਆ ਨੂੰ
ਤੇਰੀ ਫੇਰ ਵੀ ਉਹੀ ਗੱਲ, ਉਹਨੂੰ ਫਿਕਰ ਹੈ, ਫਿਕਰ ਕਰਦੀ ਸੀ ਤੇਰੀ, ਤਾਂ ਲੈ ਕੇ ਆਈ ਹੈ ਤੈਨੂੰ। ਪੈ ਜਾ ਲੈ, ਚਾਹ ਲੈ ਲੈਣੀ ਹੈ ਮੈਂ, ਹੋਰ ਜੀ ਪੀਣੀ ਹੈ ਨਾ, ਬਸ ਚਾਹ ਰੋਟੀ ਲੈ ਲੈਣੀ ਹੈ, ਰੋਟੀ ਖਾਣੀ ਹੈ ਨਾ, ਮੈਂ ਰੋਟੀ ਖਾਵਾਂ। ਕੋਈ ਨੀ, ਦਵਾਈ ਬੂਟੀ ਤੈਨੂੰ ਆਪੇ ਦਵਾ ਦੇ, ਆਹੋ ਤਾਂ ਇੱਕ ਖਾਇਆ ਕਰ, ਜਲੂਸ ਕੱਢਣ ਵਗ ਜਾ ਕਰ, ਘਰੇ ਨਾ ਰੋਟੀ ਖਾਇਆ ਕਰ, ਫਿਰ ਉਹ ਕੀ ਦੀ, ਉਹ ਆਪਣੀ ਹੈ ਬੇਬੇ, ਆਪਣੇ ਨਹੀਂ ਹੁੰਦੇ, ਸ਼ਰੀਕ ਸ਼ਰੀਕ ਹੀ ਰਹਿਣਾ ਹੁੰਦਾ, ਸ਼ਰੀਕ ਤਾਂ ਉਹਦੀ ਲਾਂਭਾ ਦੇ ਦਿੰਦਾ, ਨਹੀਂ ਤੈਨੂੰ ਕੀ ਲੋੜ ਸੀ ਤਾਈ ਕੋਲ ਜਾਣ ਦੀ, ਮੈਨੂੰ ਦੱਸ ਜਾਣ ਦੀ। ਫਿਰ ਮੈਂ ਦਵਾਈ ਪੁੱਛਣ ਗਈ ਸੀ, ਉਹ ਕਹਿੰਦੀ ਤੂੰ ਰੋਟੀ ਖਾ ਲਾ, ਕਹਿੰਦੀ ਤੂੰ ਰੋਟੀ ਨੀ ਖਾਧੀ ਹੋਣੀ, ਪਰ ਵਧੀਆ ਚੰਗਾ ਹੋ ਗਿਆ ਖਾਇਆ ਤਾਈ ਕੇ ਘਰੇ ਰੋਟੀ, ਫਿਰ ਖਾਣੀ ਸੀ ਕਿਤੇ ਤਾਂ, ਭੁੱਖੀ ਮਰਦੀ ਨੇ ਰੋਟੀ ਤਾਂ ਹੁਣ ਖਾ ਲਿਆ, ਕਰ ਲਾ ਰਾਮ, ਹੁਣ ਮੈਨੂੰ ਰੋਟੀਆਂ ਵੀ ਨੀ ਖਾਣ ਦਿੰਦੀ ਕਿਸੇ ਦੇ, ਆਪ ਤਾਂ ਦਿੰਦੀ ਨੀ ਸੁਣ ਕਿਸੇ ਦੇ ਵੀ ਨੀ ਖਾਣ ਦਿੰਦੀ, ਜੇ ਨਹੀਂ ਪੱਕੀ ਸਮਾਤ ਢਿੱਲੀ ਮਿੱਸੀ ਤੋਂ, ਫਿਰ ਤਾਈ ਕੇ ਘਰੇ ਖਾ ਲਈ ਤਾਂ ਫਿਰ ਕਿੱਡਾ ਕਲੋੜਾ ਆ ਗਿਆ। ਸੀਨਾ ਕਿਉਂ ਬੋਲੀ ਜਾਂਦੀ ਹੈ ਤੂੰ, ਕੀ ਹੋ ਗਿਆ ਤੈਨੂੰ, ਕਿਉਂ ਘਬਰਾਹਟ ਕਰੀ ਜਾਂਦੀ ਹੈ? ਘਬਰਾਹਟ ਤਾਂ ਮੈਨੂੰ ਆਉਂਦਾ ਹੀ ਹੈ, ਹੁਣ ਜਦੋਂ ਪਹਿਲਾਂ ਉਦੋਂ ਹੋ ਗਿਆ ਸੀ ਘਬਰਾਹਟ, ਉਵੇਂ ਜਿੱਕਰ ਹੁਣ ਹੋ ਸਕਦਾ ਹੈ ਮੇਰਾ। ਹਾਂ ਹੁਣ ਤਾਂ ਠੀਕ ਆ, ਫਿਰ ਗੋਲੀ ਗੋਲੀ ਲੈਣੀ ਹੈ? ਨਾ ਮੈਂ ਤਾਂ ਲੈਂਦੀ ਨੀ ਗੋਲੀ, ਉਹ ਫਿਰ ਹੁਣ ਕੋਈ ਦਲਗਿਆ ਦੱਪਾ ਬਣਾ ਲੈਣੇ ਆ। ਨਾ ਮੈਂ ਤਾਂ ਕੁਛ ਨੀ ਖਾਣਾ। ਕੁਛ ਨੀ ਖਾਣਾ? ਨਾ ਤੈਨੂੰ ਦੌਰਾ ਦੂਰਾ ਕਹਿਣ ਪਿਆ ਸੀ, ਤਾਂ ਘਬਰਾਹਟ ਹੋਇਆ ਸੀ ਤੈਨੂੰ, ਤੁਸੀਂ ਕਹਿੰਦਾ ਸੀ ਇੱਕ ਦੌਰਾ ਪੈ ਗਿਆ। ਆਹੋ ਦੌਰਿਆ ਆ, ਮੈਨੂੰ ਹੀ ਹੋ ਗਈ ਸੀ, ਫਿਰ ਉਹ ਤਾਂ ਠੀਕ ਹੋ ਗਈ, ਉਹ ਤਾਂ ਇਹ ਕਹਿੰਦਾ ਤੈਨੂੰ ਵੀ ਤੈਨੂੰ ਦਵਾਈ ਤਾਈ ਤੋਂ ਲਿਆਂਦੀ ਹੈ, ਫਲਾਣੇ ਤੋਂ ਲਿਆਂਦੀ ਹੈ, ਤੁਸੀਂ ਉਦੋਂ ਤੱਕ ਨਾ ਤੇਰੇ ਤਾਈ ਨੇ ਠੀਕ ਕੀਤਾ, ਲਿਆ ਕੇ ਦਵਾਈ ਐਂ ਕੀਤਾ ਬਾਹ ਕੀਤਾ, ਮੇਰੇ ਕੋਲ ਤਾਂ ਤੁਸੀਂ ਐਂ ਕਹੀ ਜਾਂਦਾ ਸੀ, ਹੁਣ ਕਹਿੰਦੇ ਕਿ ਕਿਹੜੀ ਤਾਈ ਨੇ ਦਿੱਤੀ ਸੀ ਦਵਾਈ, ਉਹ ਘਬਰਾਟ ਹੋ ਗਿਆ। ਲੈ ਲੈ ਤੇ ਨੱਤਰ ਉੱਤੋਂ ਦੱਬ ਲੈਣੀ ਹੈ ਨਾ ਬਸ। ਹੈਂ? ਨਾ ਨਾ। ਅੱਛਾ ਹਾਂ ਠੀਕ ਹੈ। ਹਾਂ ਠੀਕ ਹੈ, ਵਧੀਆ ਚੰਗਾ, ਪੈ ਜਾ ਫਿਰ, ਪਈ ਜਾ ਪੈ ਜਾ, ਘਬਰਾਹਟ ਨਾ ਕਰ, ਕੁਛ ਨੀ ਹੋਇਆ ਤੈਨੂੰ, ਰਾਮ ਆ ਜਾਊਗਾ, ਮੈਂ ਜਾਣੀ ਹੈ। ਇਹ ਹੁਣ ਬਾਹਲੇ ਮਿੱਠੀਆਂ ਜਿਹਾ ਮਾਰਦੀਆਂ ਫਿਰਦੀਆਂ, ਕਿਤੇ ਮੈਨੂੰ ਵੀ ਨਾ ਕੁਛ ਦਲੀਏ ਦੇ ਵਿੱਚ ਦੇ ਦੇਣ, ਲਿਆ ਕੇ ਮੈਨੂੰ ਇਹੋ ਜਿਹੇ ਦੇਣਗੀਆਂ ਦਵਾਈ, ਇਹੋ ਜਿਹੇ ਦੇਣਗੀਆਂ ਦਲੀਏ, ਹੁਣ ਬਾਹਲੇ ਮਿੱਠੀਆਂ ਮਾਰਦੇ, ਏਸੀ ਚ ਬਿਠਾ ਤਾ ਮੈਨੂੰ, ਤੂੰ ਵੀ ਨੀ ਮਰਨ ਦਿੰਦਾ ਸੀ ਏਸੀ ਚ, ਗੱਲ ਕੀ ਆ, ਨਾਲੇ ਹਰਪ੍ਰੀਤ ਆਈ ਕਹੀ ਜਾਂਦੇ, ਨਾਲੇ ਇਹ ਕਹੀ ਜਾਂਦੀ ਹੈ, ਤੈਨੂੰ ਐਂ ਬਣਾ ਦਿੰਦੇ, ਤੈਨੂੰ ਉਹ ਬਣਾ ਦਿੰਦੇ, ਅੱਗੇ ਤਾਂ ਮੈਨੂੰ ਘਰੇ ਨੀ ਖੜਨ ਦਿੰਦੀਆਂ ਸੀਗੀਆਂ ਇਹ, ਪਤਾ ਨੀ ਕੋਈ ਹੈਗਾ ਦਾਲ ਚ ਕਾਲਾ, ਮੈਨੂੰ ਤਾਂ ਲੱਗਦਾ ਮੈਂ ਤਾਂ ਵਗ ਹੀ ਜਾਂਦੀ ਹਾਂ। ਮੈਂ ਤਾਂ ਜਾਵਾਂ ਬਾਹਰ, ਕੀ ਪਤਾ ਇਹਨਾਂ ਦਾ। ਬੇਬੇ ਆ ਗਿਆ ਪੁੱਤ, ਤੂੰ ਅਜੇ ਏਸੀ ਵਾਲੇ ਕਮਰੇ ਚ, ਅੱਜ ਤਾਂ ਮੈਨੂੰ ਬਰਿਆ ਬਰਿਆ ਕੇ ਲਿਆਉਣਾ ਪੁੱਤ, ਪਤਾ ਨੀ ਕੀ ਦਾਲ ਚ ਕਾਲਾ, ਤੇ ਮੈਨੂੰ ਕਦੇ ਰੋਟੀ ਕਦੇ ਦਲੀਆ ਪੁੱਛਦੀਆਂ ਨੇ, ਮੈਨੂੰ ਤਾਂ ਡਰ ਲੱਗਿਆ ਨਾ ਸੀਗਾ, ਫਿਰ ਮੈਂ ਤਾਂ ਬਾਹਰ ਹੀ ਆ ਗਈ। ਲੈ ਦਾਲ ਚ ਤਾਂ ਕੀ ਕਾਲਾ ਹੋਣਾ ਸੀਗਾ, ਉਹ ਹਰ ਗੁੱਸਾ ਬਿੰਦ ਝੱਟ ਦੀ ਹੁੰਦਾ ਹੈਗਾ। ਇੱਥੇ ਬਾਹਰ ਨਾ ਪੁੱਤ, ਆਪਾਂ ਤਾਂ ਫਿਰ ਮੈਨੂੰ ਤਾਂ ਨਾ ਤਾਂ ਡਰ ਲੱਗਦਾ। ਬੇਬੇ ਮੇਰੀ ਗੱਲ ਸੁਣ ਲੈ, ਤੂੰ ਐਵੇਂ ਨਾ ਸ਼ੱਕ ਜਾਣਾ ਕਰੀ, ਅਗਰ ਐਵੇਂ ਨਾ ਡਰੀ ਜਾਇਆ ਕਰ। ਪਹਿਲਾਂ ਤਾਂ ਤੇਰੇ ਭੂਆ ਨੇ ਦੇਖਣਾ ਡੱਕੇ ਲਾ 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 ਮੈਨੂੰ, ਹੋ ਉੱਥੇ ਅੱਡ ਕਰਿਆ ਈ ਹੈ, ਹੁਣ ਤੇਰੇ ਭੂਆ ਬਾਗੀ ਕਹਿੰਦੀ ਇੱਥੇ ਕਿਉਂ ਪਈ ਗਰਮੀ ਚ, ਉੱਥੇ ਆ ਜਾ। ਉਹ ਤੈਨੂੰ ਨਾ ਮਨ ਨੂੰ ਐਵੇਂ ਵਹਿਮ ਰਹਿੰਦਾ ਹੈਗਾ, ਕੋਈ ਮੇਰੀ ਭੂਆ ਨੇ ਡੱਕੇ ਨੀ ਲਾਏ ਹੋਣੇ, ਉਹ ਭੂਆ ਤਾਂ ਵਿਚਾਰੀ ਤੇਰੇ ਹੱਕ ਚ ਹੀ ਹੈ, ਇੱਥੋਂ ਬਾਹਰ ਥੋੜਾ ਮੇਰੀ ਭੂਆ। ਪਤਾ ਨਾ ਭਈ ਪਹਿਲਾਂ ਤਾਂ ਹਰਪ੍ਰੀਤ ਨੂੰ ਦੇਖਣਾ ਇੰਨਾ ਲੜਾਤਾ ਮੇਰੇ ਨਾਲ, ਪਹਿਲਾਂ ਹਰਪ੍ਰੀਤ ਕਦੇ ਨੀ ਸੀ ਲੜੀ ਮੇਰੇ ਨਾਲ। ਉਹ ਘਰ ਠੀਕ ਹੈ ਵੀ ਲੜਾਈ ਤੇ ਝਗੜਾ, ਚਲੋ ਮਾੜੀਆਂ ਮੋਟੀਆਂ ਗੱਲਾਂ ਪਿੱਛੇ ਆਪਣੇ ਆਪ ਨਾਲੇ, ਤੈਨੂੰ ਪਤੀ ਹੈ ਲੜਾਈ ਕਿਹੜੀ ਗੱਲ ਪਿੱਛੇ ਹੋਈ ਹੈ, ਪੈਸਿਆਂ ਪਿੱਛੇ ਹੋਈ, ਮੈਨੂੰ ਪਤਾ ਹੀ ਹੈ। ਹਾਂ ਤੇ ਪੈਸਿਆਂ ਦੇ ਸਾਰੇ ਸਿਆਪੇ ਪਾਏ ਹੋਏ ਐ, ਅੱਜ ਕੱਲ ਤਾਂ ਕਿਸੇ ਨੂੰ ਕਿਸੇ ਨਾਲ ਮੋਹ ਨਹੀਂ ਹੈਗਾ, ਮਾਇਆ ਨਾਲ ਮੋਹ ਹੈ, ਮਾਇਆ ਨਾਲ ਪੈਸਾ ਮੁੱਖ ਚਾਹੀਦਾ। ਹਾਂ ਪੈਸੇ ਹੀ ਮੁੱਖ ਹੋ ਗਿਆ ਵੈਸਾ, ਹੁਣ ਪਤਾ ਨਹੀਂ ਇਹਨਾਂ ਦੇ ਮਨ ਚ ਕੀ ਆਈ, ਤੇ ਮੈਂ ਤਾਂ ਉੱਥੇ ਪਈ ਸੀ, ਗਰਮੀ ਸੀ, ਪੱਖਾ ਨਹੀਂ ਸੀ ਚੱਲਦਾ, ਤੈਨੂੰ ਪਤਾ ਹੀ ਹੈ, ਤੂੰ ਤਾਂ ਉਧਰ ਵਗ ਗਿਆ, ਤੇ ਫਿਰ ਮੈਂ ਤਾਂ ਭੁੱਖੀ ਤੇ ਆਈ, ਤੇਰੇ ਤਾਈ ਕੇ ਘਰੇ ਰੋਟੀ ਖਾ ਆਈ। ਮੇਰੀ ਤਾਈ ਕੇ ਰੋਟੀ ਖਾ ਕੇ ਇੰਜ, ਪਰ ਮੈਂ ਤਾਂ ਪੱਕੀ ਨਹੀਂ ਪੁੱਤ, ਮੈਂ ਬਿਮਾਰ ਸੀ, ਮੇਰੇ ਤਾਂ ਸਿਰ ਬਾਹਰ ਦੇਖ ਲੈ, ਮੈਂ ਤਾਂ ਨਾ ਵਿਆਹ ਚ ਪਕੌੜੇ ਖਾਂਦਾ ਫਿਰਦਾ, ਗੁਲਾਬ ਜਾਮਣਾ ਖਾਂਦਾ ਫਿਰਦਾ,
ਤੂੰ ਭੁੱਖੀ ਲੈ ਰੋਟੀ ਮੇਰੇ ਤਾਏ ਕੇ ਖਾ ਕੇ ਆਈ ਆ, ਤੂੰ ਤਾਂ ਖਾਣਾ ਸੀ ਪੁੱਤ, ਪਰ ਤੂੰ ਤਾਂ ਵਿਆਹ ਚ ਸੀ। ਵਿਆਹ ਚ ਤਾਂ ਸੀਗਾ, ਫਿਰ ਵੀ ਮਾੜੀ ਗੱਲ ਹੀ ਆ, ਤੂੰ ਇਹ ਤੈਨੂੰ ਰੋਟੀ ਦੇਣੀ ਆ, ਕੀ ਗੱਲ ਸੀ? ਹਰਪ੍ਰੀਤ ਮੈਨੂੰ ਕਹਿੰਦੀ ਤਾਈ ਕੇ ਘਰ ਕਿਉਂ ਖਾ ਕੇ ਆਈ ਆ ਰੋਟੀ, ਲੈ ਮੈਂ ਹੋਰ ਕਿੱਥੇ ਜਾਵਾਂ ਦੱਸ। ਫਿਰ ਉਹ ਤਾਂ ਮੈਂ ਵੀ ਤੈਨੂੰ ਕਹਿ ਨਹੀਂ ਆਗਾ ਵੀ ਤੂੰ ਉਹਨਾਂ ਦੇ ਰੋਟੀ ਕਾਹਨੂੰ ਖਾ ਕੇ ਆਉਣੀ ਸੀ, ਤੂੰ ਘਰੇ ਮੰਗਲੇ ਘਰੇ ਤੇ ਰੋਟੀ ਦੇ ਦਵਾਈ ਪੁੱਛਣ ਗਈ ਸੀ ਪੁੱਤ ਦਵਾਈ, ਤੇ ਫਿਰ ਉਹ ਮੈਨੂੰ ਕਹਿੰਦੀ ਤੂੰ ਰੋਟੀ ਖਾ ਲਾ, ਰੋਟੀ ਨੀ ਖਾਧੀ ਹੋਣੀ, ਚਲੋ ਮੈਂ ਖਾਧੀ ਤਾਂ ਹੈ ਨੀ, ਮੈਂ ਮੈਨੂੰ ਰੋਟੀ ਦੇ ਦੇ, ਫਿਰ ਚਾਹ ਪਿਆਤੀ। ਫੇਰ ਉਹ ਐ ਜੇ ਹੁੰਦਾ ਬੇਬੇ, ਫਲਾਣਾ ਨਾ ਸਰੀਕ ਰੋਟੀ ਦੇ ਤੇ ਦਿੰਦਾ, ਉਹ ਐ ਨੀ ਬਦਾਈ ਮਿਹਣਾ ਕਿੱਦੀ ਦੇ ਦੇ, ਮਿਹਣਾ ਤਾਂ ਫੇਰ ਅਗਲਾ ਦੇਊਗਾ, ਮਿਹਣਾ ਤਾਂ ਦੇਊਗਾ ਫੇਰ ਅਗਲਾ, ਹਾਂ ਮਿਹਣਾ ਦਿੰਦਾ ਅਗਲਾ, ਮਿਹਣਾ ਤਾਂ ਦਿੰਦਾ। ਚਲ ਬੇਬੇ ਮੇਰੀ ਗੱਲ ਸੁਣ ਲੈ, ਤੂੰ ਆ ਜਾ ਉੱਥੇ ਗਈ ਸੀ ਵਾਲੇ ਕਮਰੇ ਜਿੱਥੇ ਤੈਨੂੰ ਬਹਾਉਂਦੀਆਂ, ਤੂੰ ਬਹਿ ਜਾ ਆਰਾਮ ਨਾਲ, ਹਨਾ ਮੈਨੂੰ ਤਾਂ ਹੀ ਲਾਦ ਵੀ ਕੀ ਪਤਾ ਕਿਹੜੇ ਵੇਲੇ ਮਾਂਗਰ ਪੈ ਜਾ, ਹਰਪ੍ਰੀਤ ਮੈਨੂੰ ਤਾਂ ਮਨ ਡਰਾ ਡਰਾ ਰਹਿੰਦਾ ਮੇਰਾ, ਮਨ ਕਾਹਦਾ ਡਰ ਐਡਾ, ਤੂੰ ਤਾਂ ਵੀ ਡਰ ਜਾਂਦੀ ਐ ਮਾੜੀ ਮਾੜੀ ਗੱਲ ਤੋਂ, ਮਨ ਮੇਰਾ ਡਰਾ ਡਰਾ ਰਹਿੰਦਾ, ਤੂੰ ਉੱਥੋਂ ਠਾ ਕੇ ਲਈ ਜਾਏਗੀ, ਤੂੰ ਕਿਹੜਾ ਆਪੇ ਆਈ ਜਾਏਗੀ ਇਸੇ ਕਮਰੇ ਚ, ਨਹੀਂ ਤਾਂ ਉਹੀ ਤੇਰੇ ਭੂਆ, ਹਾਂ ਬੇਬੇ ਆਇਆ ਤੇਰਾ, ਕੋਈ ਗੱਲ ਨੀ ਇਸੇ ਕਮਰੇ ਚ ਹੀ ਬਹਿ ਜਾ ਤੂੰ, ਚੱਲ ਤੇਰੇ ਨਾਲ ਤਾਂ ਪੁੱਤ ਬਗ ਚੱਲਦੀ, ਹਾਂ ਆ ਜਾ ਆਈ ਵੀ ਨਾ, ਤੂੰ ਉਹ ਕਰਿਆ ਕਰ, ਲੈ ਤੂੰ ਐਂ ਕਰ 2 ਮਿੰਟ ਬੈਠ ਤੇ ਮੈਂ ਨਾ ਕੱਪੜੇ ਜੇ ਬਦਲਣਾ, ਬਦਲ ਲੈ ਪੁੱਤ, ਹਾਂ ਹਰਪ੍ਰੀਤ ਕੀ ਹੈ ਭੂਆ ਮੰਗਦੀ ਆ ਜਾਣੀ, ਤੂੰ ਬਹਿ ਜਾਣੀ ਮੇਰੇ ਬੇਬੇ ਕੋਲ ਅੰਦਰ, ਨੀ ਆ ਜਾ ਤੂੰ, ਮੈਨੂੰ ਤਾਂ ਇਹ ਲੱਗਦਾ ਹੈ ਹਾਂ ਵੀ ਜਿਵੇਂ ਦਾ ਸਰੀਰ ਜਿਹਾ ਡਾਊਨ ਜੇ ਹੋਇਆ ਪਿਆ ਹੁੰਦਾ, ਡਾਊਨ ਹੋ ਗਿਆ, ਹਾਂ ਭੂਆ ਡਾਊਨ ਤਾਂ ਫਿਰ ਹੋਣੀ ਆ, ਉਹਨੂੰ ਤਾਂ ਐ ਲੱਗਦਾ ਵੀ ਮੈਨੂੰ ਦੌਰਾ ਪਿਆ, ਹਾਂ ਐਈ ਨੀ ਉਹਨੂੰ ਪਤਾ ਵੀ ਆਪਾਂ ਕਰਿਆ ਕੁਛ ਉਹਨੂੰ, ਹਾਂ ਹੁਣ ਕੀ ਕਰੀਏ, ਉਹੀ ਗੱਲ ਅਰਖ ਤਾਂ ਬਥੇਰਾ ਚੜਦਾ ਭੂਆ ਪੈਸਿਆਂ ਕਰਕੇ ਵੀ ਜਮਾ ਨਾ ਵੜਨ ਦੇ ਮੈਂ ਗਾਹਾਂ ਚੜਨਾ ਨੇ ਮੈਂ, ਪਰ ਹੁਣ ਮਜਬੂਰੀ ਹੈ, ਕੋਈ ਸ਼ੌਂਕ ਨੂੰ ਨੀ ਉਹੀ ਗੱਲ ਇੱਥੇ ਲਿਆਂਦੀ, ਪਈ ਰਹਿਣ ਦੇ ਚੱਲ ਉਹ ਪਈ ਅੰਦਰ, ਤੇ ਆਪਾਂ ਨੂੰ ਹੁਣ ਕਿਹੜਾ ਪਤਾ ਸੀ ਜਦੋਂ ਆਪਾਂ ਕਰੰਟ ਲਾਇਆ ਸੀ ਉਹਦੇ, ਜੇ ਆਪਾਂ 2 ਵਾਰੀ ਕਰੰਟ ਲਾ ਦਾਂਗੇ ਇਹਦੇ ਤੇ ਇਹ ਸਰੀਰ ਡਾਊਨ ਹੋ ਜੂਏ ਨਾ, ਇਹ ਤਾਂ ਬਿਜਲੀ ਕਰਕੇ ਡਾਊਨ ਹੋ ਗਈ, ਆਪਾਂ 2 ਵਾਰੀ ਜਿਹੜਾ ਕਰੰਟ ਲਾਤਾ, ਕਰੰਟ ਜਿਹੜਾ ਲਾਤਾ ਹੁਣ ਆਪਾਂ ਨੂੰ ਕੋਈ ਦਵਾਈ ਬੂਟੀ ਦਵਾ ਦਈਏ, ਤਾਂ ਖੂਨ ਸੁੱਤਿਆ ਗਿਆ ਲਾਈਟ ਨਾਲ, ਹਾਂ ਤਾਂ ਡਾਊਨ ਹੋ ਗਈ, ਹੁਣ ਕੋਈ ਆਪਾਂ ਨੂੰ ਤਾਕਤ ਵਾਲੀ ਦਵਾਈ ਦੇਣੀ ਪਊ, ਹਾਂ ਦੇਣੀ ਵੀ ਆਪਾਂ ਨੂੰ ਬਿੰਦ ਦੱਸੇ ਪਊਗੀ, ਹਾਂ ਡਾਕਟਰ ਨੂੰ ਤਾਂ ਦੱਸਣੇ ਪਊ, ਡਾਕਟਰ ਨੂੰ ਦੱਸ ਦਿਆਂਗੇ ਵੀ ਭਾਈ ਆਹ ਕਾਰਨ ਹੋਇਆ ਵੀ ਲਾਈਟ ਲੱਗ ਗਈ, ਤੂੰ ਐ ਕਰ ਤੂੰ ਤਾਂ ਰਹਿ ਅੱਜ, ਹਾਂ ਅਸੀਂ ਦੋਨੇ ਲੈ ਜਾਾਂਗੇ ਉਹਨੂੰ, ਹੋਇਆ ਡਾਕਟਰ ਨੂੰ ਐ ਕਹਿ ਦਿਆਂਗੇ ਵੀ ਇਹ ਨਾ ਪੱਖਾ ਲਾਉਂਦੀ ਸੀ ਇਹਨੂੰ ਕਰੰਟ ਲੱਗ ਗਿਆ ਸੀ, ਤੇ ਹੁਣ ਇਹ ਮੰਨਦੀ ਨਹੀਂ, ਤੇ ਇਹਨੂੰ ਤੂੰ ਦੱਸ ਪੁੱਛੀ ਵੀ ਨਾ, ਹਾਂ ਵੀ ਉਹਨੂੰ ਨਾ ਪੁੱਛੀ, ਹਾਂ ਤੇ ਬਸ ਅਸੀਂ ਮਾੜਾ ਜਿਹਾ ਵੀ ਵਿਖਾਉਣਾ ਆਏਗੇ ਵੀ ਇਹਦਾ ਕੀ ਹੱਲ ਹੈ ਵੀ 2 ਵਾਰੀ ਲੱਗ ਗਿਆ, ਹਾਂ ਵੀ ਉਹੋ ਜਿਹੀ ਦਵਾਈ ਦੇ ਇਹਨੂੰ ਵੀ ਮਾੜੀ ਮੋਟੀ ਇਹ ਚ ਤਾਕਤ ਜੀ ਬਣ ਜੇ, ਭੂਆ ਹੁਣ ਕੀਤਾ ਤਾਂ ਆਪਾਂ ਗਲਤੀ ਹੈ, ਦੋਨਾਂ ਨੇ ਕਰੰਟ ਲਾ ਕੇ ਉਹ ਵੀ 2 ਵਾਰੀ ਲਾਤਾ, ਹੱਲੀ ਫਿਰਦੀ ਸੀ ਸੁੱਤ ਹੋ ਗਈ, ਅੱਛਾ ਅੱਛਾ ਚੋਰ ਫੜੇ ਗਏ, ਅੱਛਾ ਤੁਸੀਂ ਲਾਇਆ ਕਰੰਟ ਮੇਰੀ ਮਾਂ ਨੂੰ, ਹੈ ਬੱਕਰੀ ਸੋ ਚੈਨਲ ਦੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਜੋ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀਏ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ, ਇਹਦਾ ਅਗਲਾ ਐਪੀਸੋਡ ਜ਼ਰੂਰ ਦੇਖਣਾ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਕਮੈਂਟ ਕਰੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵੱਖਰੀ ਸੋ ਚੈਨਲ ਤੇ ਜਿਨ੍ਹਾਂ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਆ, ਅਸੀਂ ਨਾਮ ਬੋਲਣ ਜਾ ਰਹੇ ਹਾਂ, ਰੇਖਾ ਸ਼ਰਮਾ, ਧਰੁਵਿਕਾ ਸ਼ਰਮਾ, ਅਨੈਤ ਸ਼ਰਮਾ, ਸਿਮਰਨਪ੍ਰੀਤ ਕੌਰ ਫੱਲੇਵਾਲ, ਜਿੰਦਰ ਕੌਰ ਦਾਹਰੀ, ਐਸ ਪੀ ਖੋਸਾ ਹਨੁਮਾਨਗੜ੍ਹ ਰਾਜਸਥਾਨ, ਬਲਵਿੰਦਰ ਸਿੰਘ ਚਾਨਾ, ਵੀਰਪਾਲ ਕੌਰ ਚਾਨਾ, ਰਾਮਗੜੀਆ ਰਤੀਆ ਹਰਿਆਣਾ, ਰਵਿੰਦਰ ਕੌਰ ਗੁਰਸਾਣਾ ਮੰਡੀ, ਬਲਜਿੰਦਰ ਸਿੰਘ, ਆਇਸ਼ਾ ਭੁੱਲਰ, ਅਮਾਇਸ਼ਾ ਭੁੱਲਰ, ਜੁਗਰਾਜ ਭੁੱਲਰ, ਗੀਤਾ ਲੁਧਿਆਣਾ, ਕੁਲਵਿੰਦਰ ਕੌਰ ਨਾਗਰਾ, ਅਮਰ ਸਿੰਘ ਪਟਿਆਲਾ, ਹੈਪੀ ਜੋਸ਼ੀ, ਡਾਕਟਰ ਨਜੀਤ ਸਿੰਘ ਖੰਗੂੜਾ, ਲਤਾਲਾ ਲੁਧਿਆਣਾ, ਕੈਲਗਰੀ ਕੈਨੇਡਾ, ਕੁਲਵੀਰ ਗਿੱਲ ਖੰਨਾ, ਨਿਰਮਲਜੀਤ ਸਿੱਧੂ, ਚਹਿਲ ਸ਼ੇਰੂ,
ਮਨਜੀਤ ਨੰਦਾ, ਰੋਮੀ ਦਰਸ਼ਨ ਸਿੰਘ ਗੜਸਾਣਾ ਮੰਡੀ ਰਾਜਸਥਾਨ, ਅਨੀਤਾ ਰਾਣੀ, ਰਿਸ਼ਪਾਲ ਕੌਰ, ਗੁਰਦੀਪ ਸਿੰਘ ਦਿਓ, ਨਾਮਸੋ ਦੀਪਾ, ਜਗਮੀਤ ਸਲਵਾਰਾ, ਬਾਬਾ ਫੈਮਿਲੀ, ਬਲਦੇਵ ਸਿੰਘ ਸਿੱਧੂ, ਬਬਲੀ ਸ਼ਰਮਾ, ਰਵਿੰਦਰ ਕੌਰ, ਰਾਮਾ ਮੰਡੀ ਜਲੰਧਰ, ਰਾਣਾ ਰਹਿਰੀ, ਰਾਜ ਰਾਣੀ, ਹਰਵੰਸ ਸਿੰਘ ਖੁਰਾਣਾ, ਭਿੱਖੀ, ਲਵ ਥਾਪਰ, ਸੁਖਵੰਤ ਕੌਰ, ਸਾਦਿਕਾ ਸ਼ਰਮਾ, ਸੁਖਜੀਤ ਕੌਰ, ਭਗਵਾਨ ਦਾਸ। ਜਿਨ੍ਹਾਂ ਵੀਰਾਂ ਅਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਹੈ, ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਵੀਰਾਂ ਅਤੇ ਭੈਣਾਂ ਦੇ ਨਾਮ ਬੋਲਣ ਨਹੀਂ ਰਹਿ ਗਏ, ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ। ਸਾਨੂੰ ਕਮੈਂਟ ਕਰਨ ਲਈ, ਸਾਨੂੰ ਸੁਝਾਓ ਦੇਣ ਲਈ, ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।